ਪਿਆਰ ਨਾਲ ਤਾਂ ਮਾਮਾ ਖਰੀਦ ਲੈਂਦੇ, ਪਰ ਜੇ ਤੁਹਾਨੂੰ ਕੋਈ ਧੌਂਸਣਾ ਗੋਡਾ ਰੱਖ ਕੇ ਧੌਣ ਦੇ ਉੱਤੇ ਕਹੇ ਕਿ ਤੈਨੂੰ ਹੁਣ ਐ ਬੰਦਾ ਬਣਾਉਣਾ, ਇਹ ਤਾਂ ਫਿਰ ਬਹੁਤ ਵੱਡੀ ਗਲਤ ਫਹਿਮੀ ਚ ਇਹਨਾਂ ਨੂੰ, ਫਿਰ ਸਾਡਾ DNA ਨਹੀਂ ਪਤਾ ਜੇ ਇਹ ਕਹਿੰਦੇ ਪਿਆਰ ਦੇ ਨਾਲ ਫਿਰ ਮੰਨ ਜਾਂਦੇ, ਚਲੋ ਫਿਰ ਕੰਸੀਡਰ ਕਰਦੇ ਲੋਕਾਂ 'ਚ ਇਹ ਚਰਚਾ ਕਿ ਖਹਿਰਾ ਅੱਗੇ ਨਾਲੋਂ ਦੱਬ ਗਿਆ, ਕੀ ਦਵੇ ਹੋ ਖਹਿਰਾ ਸਾਹਿਬ ਸੰਗਰੂਰ ਤੋਂ ਕਿਉਂ ਲੜਨ ਜਾ ਰਹੇ ਹੋ? ਮੈਂ ਵੈਸੇ ਲੋਕ ਸਭਾ ਆਪ ਲੜਨ ਬਜ਼ਾਤੇ ਖੁਦ ਤਿਆਰ ਚਾਹੁੰਦਾ ਨੀਗਾ, ਮੈਂ ਸਿਟਿੰਗ MLA ਆ, ਮੈਂ ਪੰਜਾਬ ਦੀ ਗੱਲ ਕਰ ਰਿਹਾ, ਮੈਂ ਕੋਈ ਬਹੁਤ ਜ਼ਿਆਦਾ ਟ੍ਰੇਨਡ ਨੈਸ਼ਨਲ ਲੀਡਰ ਵੀ ਹੈ ਨੀਗਾ। ਮਹਿਤਾਬ ਨੂੰ ਉਤਾਰ ਰਹੇ ਹੋ 2027 ਦੇ ਵਿੱਚ ਚੋਣ ਮੈਦਾਨ ਦੇ ਵਿੱਚ? ਜਿਸ ਦਿਨ ਮੇਰੀ ਲੋੜ ਪਊਗੀ ਮੈਂ ਉਤਰੋਂਗੇ। ਭਗਵੰਤ ਮਾਨ ਦਾ ਵੀ ਐਕਸਪੈਰੀਮੈਂਟ ਐਜ਼ ਅ ਕਮੇਡੀਅਨ ਹੀ ਆਇਆ ਨਾ, ਐਕਚੁਅਲੀ ਕਮੇਡੀਅਨ ਤੇ ਐਡਮਿਨਿਸਟ੍ਰੇਟਰ ਵਿੱਚ ਫਰਕ ਹੈ। ਮਾਫ ਕਰਨਾ, ਮੇਰਾ ਅਮਰਿੰਦਰ ਸਿੰਘ ਨਾਲ ਕੋਈ ਲੈਣਾ ਦੇਣਾ ਨੀਗਾ, ਉਹ ਬੈਟਰ ਐਡਮਿਨਿਸਟ੍ਰੇਟਰ ਸੀਗਾ। ਹੁਣ ਜਿਹੜੇ 92 ਨੇ ਉਹਦੇ ਚੋਂ ਮੈਂ ਉਹਨਾਂ ਦਾ ਨਾਮ ਰੱਖਿਆ ਹੋਇਆ ਬੰਦੂਆ ਮਜ਼ਦੂਰ, ਜਿੱਦਾਂ ਭੱਠੇ ਦੇ ਉੱਤੇ ਪਥੇਰ ਨਹੀਂ ਲਿਆ ਕੇ ਬਿਠਾਤੇ ਹੁੰਦੇ ਵੀ ਆਪਣਾ ਕੰਮ ਕਰੀ ਚਲੋ ਕਰੀ ਚਲੋ ਇੱਟਾਂ। ਭਗਵੰਤ ਸਿੰਘ ਮਾਨ ਇਹ ਕਹਿੰਦੇ ਆ ਕਿ ਮੈਂ ਪੰਜਾਬ ਕਿਸਾਨ ਹਿਤੈਸ਼ੀ ਹਾਂ, ਕੀ ਇਹ ਬਿੱਲ ਲੈ ਕੇ ਆ ਸਕਦੇ? ਹਾਂ, ਪੰਜਾਬ ਵਿਧਾਨ ਸਭਾ ਆਟੋਨੋਮਸ ਬੋਡੀ ਆ, ਅਸੀਂ ਕੁਛ ਵੀ ਕਰ ਸਕਦੇ ਹਾਂ। ਤੁਸੀਂ ਤਾਂ ਪਹਿਲਾਂ ਕਹਿੰਦੇ ਸੀ MSP ਦੇਵਾਂਗੇ, ਕਹਿੰਦੇ ਰਹੇ ਨੇ ਇਹ ਜਿਹੜੀ ਗਗਨ ਉਹ 5-5 ਮਿੰਟ ਚ ਕਰਾਂਗੇ। ਭਗਵੰਤ ਕਹਿੰਦਾ ਜੀ ਅਸੀਂ MSP ਤਾਂ ਨਹੀਂ ਦੇ ਸਕਦੇ, ਉਹ ਤਾਂ ਕੇਂਦਰ ਨੇ ਦੇਣੀ ਹੈ, ਅਸੀਂ ਬੋਨਸ ਦੇ ਸਕਦੇ ਹਾਂ। ਲੈ ਬਹੁਤ ਵਧੀਆ ਗੱਲ ਹੈ, ਇਹਨੂੰ ਕਹਾਂ ਬੋਨਸ ਦੇ ਦੇਵੇ। ਸਰਕਾਰ ਕਹਿੰਦੀ ਅਸੀਂ ਬਹੁਤ ਕੁਛ ਕਰ ਰਹੇ, ਇਕੱਲੀ ਲਿਪ ਸਰਵਿਸ ਹੋ ਰਹੀ ਹੈ, ਐਕਸ਼ਨ ਕੋਈ ਨਹੀਂ ਹੋ ਰਿਹਾ, FIR ਵੀ ਬਹੁਤ ਲੇਟ ਹੈ। ਬਿਲਕੁਲ ਉਸ ਤਰ੍ਹਾਂ ਦੀ FIR ਜਿਹੜੀ ਬਹਿਬਲ ਕਲਾਂ ਦੇ ਵਿੱਚ ਦੋ ਸਿੱਖ ਮਾਰੇ ਗਏ ਸੀ ਅਤੇ ਬਾਦਲਾਂ ਨੇ ਆਪਣੇ ਗਲੋਂ ਲਾਉਣ ਵਾਸਤੇ ਜਦੋਂ ਪਬਲਿਕ ਪ੍ਰੈਸ਼ਰ ਪਿਆ ਤਾਂ ਉਹਨਾਂ ਨੇ ਇੱਕ ਅਣਪਛਾਤੇ ਬੰਦਿਆਂ 'ਤੇ FIR ਦਰਜ ਕਰਤੀ। ਤਾਂ ਮੈਂ ਕਰਕੇ ਕੋਰਿਲੇਟ ਕਰ ਰਿਹਾ ਸਾਰਾ ਕੁਛ ਕਿ ਇਹ ਜਿਹੜੀ FIR ਹੋਈ ਹੈ ਇਹਦੇ 'ਚੋਂ ਬਹੁਤਾ ਕੁਛ ਨਿਕਲਣਾ। ਸਾਡੀ ਜੀ ED ਔਰ CBI ਕੋ ਦੁਰਉਪਯੋਗ ਕੀਆ ਜਾ ਰਹਾ ਹੈ, BJP ਨੇ ਗੋਦੀ ਮੀਡੀਆ ਬਣਾ ਦਿਆ ਹੈ, ਇਹ ਦੋਨੋਂ ਗੱਲਾਂ ਪੰਜਾਬ 'ਚ ਵੀ ਲਾਗੂ ਨੇ। ਬਹੁਤ ਸਾਰਾ ਮੇਨ ਸਟ੍ਰੀਮ ਮੀਡੀਆ ਖੈਰੇ ਨੂੰ ਦਿਖਾਉਂਦਾ ਹੀ ਨਹੀਂ ਗਾ। ਦੋਨੋਂ ਗੱਲਾਂ BJP ਦੀਆਂ ਰੈਪਲੀਕੇਟ ਪੰਜਾਬ 'ਚ ਹੋ ਰਹੀਆਂ ਵਾ, ਪੁਲਿਸ ਦਾ ਅਤੇ ਵਿਜੀਲੈਂਸ ਦਾ ਦੁਰਉਪਯੋਗ ਲਾਈਕ BJP, ਮੀਡੀਆ ਨੂੰ ਗੈਗ ਕਰਨ ਦੀ ਪੋਲਿਸੀ, ਅਗਰ ਉੱਥੇ ਗੋਦੀ ਮੀਡੀਆ ਤਾਂ ਮੈਂ ਇੱਥੇ ਇਹ ਕਹਿ ਸਕਦਾ ਇੱਥੇ KG ਮੀਡੀਆ ਪੰਜਾਬ ਦੇ ਵਿੱਚ ਵੀ ਹੈ। ਭਗਵੰਤ ਨੇ NSA ਲਾਤੀ, ਆਲ ਰਾਈਟ, ਤੂੰ ਮੋਦੀ ਦੇ ਕਹਿਣ ਤੇ ਅਮਿਤ ਸ਼ਾਹ ਦੇ BJP ਦੇ ਕਹਿਣ ਤੇ ਭੇਜਤਾ, ਓਕੇ ਡਨ ਹੈ। ਪਰ ਘੱਟੋ ਘੱਟ ਜਿਹੜਾ ਹੁਣ ਮਸਲਾ ਉਹਨਾਂ ਦਾ ਉੱਠਿਆ ਕਿ ਸਾਡੇ ਨਾਲ ਜੇਲ੍ਹ ਵਿੱਚ ਮਾਨਸਿਕ ਟੋਰਚਰ ਹੋ ਰਿਹਾ, ਸਾਡੀ ਪ੍ਰਾਈਵੇਸੀ ਇਨਵੇਡ ਹੋ ਰਹੀ ਹੈ, ਇੰਨਾ ਤਾਂ ਇਹਦਾ ਰਾਈਟ ਹੈ ਨਾ ਪ੍ਰੋਟੈਕਟ ਕਰਨਾ, ਪਰ ਇਹ ਤੁਸੀਂ ਇੰਨਾ ਵੀ ਨਾ ਤੁਸੀਂ ਉਹਨਾਂ ਨੂੰ ਛੱਡ ਦਿਓਗੇ, ਮਰ ਜਾਓ, ਮਰਨਾ ਤਾਂ ਮਰ ਜਾਓ। ਕੈਮਰੇ ਸਾਹਮਣੇ ਕਹਿ ਰਿਹਾ ਮੈਨੂੰ ਕਦੀ ਹਾਈਕਮਾਂਡ ਨੇ ਰੋਕਿਆ ਨੀਗਾ, ਮੈਨੂੰ ਇਹ ਨਹੀਂ ਕਿਹਾ ਕਿ ਤੂੰ ਉੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਉੱਥੇ ਨਹੀਂ, ਐਂ ਨਹੀਂ ਕਰਨਾ। ਸਿੱਖ ਮਸਲਿਆਂ ਦਾ ਜਿਸ ਤਰ੍ਹਾਂ ਤੁਸੀਂ ਇਕੱਠੇ ਰਹਿੰਦੇ ਰਹਿੰਦੇ ਹੋ, ਜਿਹੜੇ ਇਕੱਠ ਹੁੰਦੇ ਨੇ, ਮੋਰਚੇ ਲੱਗਦੇ ਨੇ ਸਿੱਖ ਕੌਮ ਨੂੰ ਖਾਸ ਕਰ ਲੈ ਕੇ, ਉਦੋਂ ਸੁਖਪਾਲ ਸਿੰਘ ਖਹਿਰਾ ਇਹ ਕਾਂਗਰਸੀ ਲੀਡਰ ਦੇ ਤੌਰ 'ਤੇ ਉਹਨਾਂ ਇਕੱਠਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ ਜਾਂ ਸੁਖਪਾਲ ਸਿੰਘ ਖਹਿਰਾ ਦੇ ਤੌਰ 'ਤੇ ਸ਼ਾਮਿਲ ਹੁੰਦੇ? ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ, ਦੂਜੇ ਪਾਸੇ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੋ ਚੁੱਕਿਆ। ਪੂਰੇ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਦੇ ਜਿਹੜੇ ਮੁੱਦੇ ਆ ਉਹ ਵਿਧਾਨ ਸਭਾ ਵਿੱਚ ਵੀ ਉਠਾਏ ਜਾ ਰਹੇ ਆ। ਇਹਨਾਂ ਮੁੱਦਿਆਂ ਦੇ ਉੱਤੇ ਬੇਬਾਕੀ ਨਾਲ ਗੱਲ ਕਰ ਰਹੇ ਨੇ ਸੁਖਪਾਲ ਸਿੰਘ ਖਹਿਰਾ। ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕਿਸਾਨੀ ਮੁੱਦੇ 'ਤੇ, ਵਿਧਾਨ ਸਭਾ ਦੇ ਵਿੱਚ ਕੀ ਚੱਲ ਰਿਹਾ, ਸਰਕਾਰ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ, ਅੰਮ੍ਰਿਤਪਾਲ ਸਿੰਘ ਦਾ ਜੋ ਮੋਰਚਾ ਲੱਗਿਆ ਉਹਦੇ 'ਤੇ ਵੀ ਸਾਰੀ ਗੱਲਬਾਤ ਖੁੱਲ੍ਹ ਕੇ ਕਰਾਂਗੇ। ਸਾਡੇ ਨਾਲ ਮੇਰੇ ਨਾਲ ਮੇਰੇ ਸਾਥੀ ਜਸ ਗਰੇਵਾਲ ਨੇ, ਸਾਡੇ ਨਾਲ ਸੁਖਪਾਲ ਸਿੰਘ ਖਹਿਰਾ, ਉਹਨਾਂ ਦੇ ਸਪੁੱਤਰ ਮਹਿਤਾਬ ਸਿੰਘ ਖਹਿਰਾ ਹੋਣਗੇ। ਗੱਲਬਾਤ ਕਰਦੇ ਹਾਂ ਖਹਿਰਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਠੀਕ ਹੋ? ਬਿਲਕੁਲ, ਚੜ੍ਹਦੀ ਕਲਾ ਜੀ। ਖਹਿਰਾ ਸਾਹਿਬ, ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ, ਤੁਸੀਂ ਸ਼ੁਰੂ ਤੋਂ ਪਹਿਲੇ ਦਿਨ ਵੀ ਤੁਸੀਂ ਆਏ ਜਿੱਦਾਂ ਗਿਆ, ਕਿਸਾਨੀ ਅੰਦੋਲਨ ਦੇ ਦੌਰਾਨ ਇੱਕ ਜਿਹੜੀ ਆ ਘਟਨਾ ਵਾਪਰਦੀ ਹੈ, ਉਹ ਘਟਨਾ ਦੇ ਦੌਰਾਨ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ, FIR ਦੇ ਲਗਾਤਾਰ ਦਬਾਅ ਪੈ ਜਾਂਦਾ, FIR ਦਰਜ ਵੀ ਕਰ ਲਈ ਜਾਂਦੀ ਹੈ। ਸਭ ਤੋਂ ਪਹਿਲਾਂ ਜਿਹੜੇ 0 FIR ਦਰਜ ਕੀਤੀ ਗਈ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਇਹਦਾ ਕੋਈ ਮਹੱਤਵ ਹੋਵੇਗਾ? ਕੀ ਆਉਣ ਵਾਲੇ ਸਮੇਂ 'ਚ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲੇਗੀ, ਜਾਂ ਫਿਰ ਉਹ ਬਹਿਬਲ ਕਲਾਂ ਵਾਲਿਆਂ ਵਾਂਗੂ ਬਸ ਇੱਕ ਰੌਲਾ ਹੀ ਰਹਿ ਜਾਵੇਗਾ, ਇੱਕ ਮੁੱਦਾ ਹੀ ਬਣ ਕੇ ਰਹਿ ਜਾਵੇਗਾ? ਮੇਰਾ ਖਿਆਲ ਹੈ ਕਿ ਜਿਹੜੀ FIR ਇੰਨੀ ਲੇਟ ਦਰਜ ਕੀਤੀ ਨਾ, ਲਗਭਗ 10 ਦਿਨ ਲੇਟ ਦਰਜ ਕੀਤੀ, ਇਹ ਸਿੱਧਾ ਸਿੱਧਾ ਦਰਸਾਉਂਦੀ ਆ ਕਿ ਭਗਵੰਤ ਮਾਨ ਦੇ ਉੱਤੇ ਬਹੁਤ ਪ੍ਰੈਸ਼ਰ ਸੀਗਾ, ਉਹ ਘਬਰਾ ਰਿਹਾ ਸੀਗਾ,
ਉਹਨੂੰ ਐਂ ਲੱਗਦਾ ਸੀਗਾ ਕਿ ਜੇ ਹਰਿਆਣਾ ਪੁਲਿਸ ਦੇ ਖਿਲਾਫ ਮੈਂ ਕੋਈ ਅਫਸਰਾਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕਰਤਾ ਅਤੇ ਉਹਦੀ ਟ੍ਰਾਇਲ ਪੰਜਾਬ ਨੂੰ ਕਰਨੀ ਪੈਗੀ ਤਾਂ ਹੋ ਸਕਦਾ ਮੇਰੀ ਸਰਕਾਰ ਹੀ ਜਾਂਦੀ ਲੱਗੇ, ਕਿਉਂਕਿ ਜਿਸ ਤਰ੍ਹਾਂ ਦਾ ਬੀਜੇਪੀ ਦਾ ਰਵੱਈਆ ਇਸ ਵਕਤ ਹਿਮਾਚਲ ਗੌਰਮੈਂਟ ਤੋੜ ਰਹੀ ਆ, ਉਹ ਕੋਈ ਵੀ ਓਪੋਜੀਸ਼ਨ ਦੀ ਗਵਰਨਮੈਂਟ ਰਹਿਣ ਨਹੀਂ ਦੇ ਰਹੇ ਸਾਰੇ ਦੇਸ਼ ਵਿੱਚ। ਸੋ ਉਹਦਾ ਭੈ ਅਤੇ ਉਹਦਾ ਡਰ ਇਹ 'ਚੋਂ ਰਿਫਲੈਕਟ ਕੀਤਾ। ਹੁਣ ਤੁਸੀਂ ਕਹਿੰਦੇ ਲਿਗੈਲਿਟੀ, ਮੇਰੇ ਹਿਸਾਬ ਨਾਲ ਇਹ ਬਿਲਕੁਲ ਉਸ ਤਰ੍ਹਾਂ ਦੀ FIR ਜਿਹੜੀ ਬਹਿਬਲ ਕਲਾਂ ਦੇ ਵਿੱਚ ਦੋ ਸਿੱਖ ਮਾਰੇ ਗਏ ਸੀ ਅਤੇ ਬਾਦਲਾਂ ਨੇ ਆਪਣੇ ਗਲੋਂ ਲਾਉਣ ਵਾਸਤੇ ਜਦੋਂ ਪਬਲਿਕ ਪ੍ਰੈਸ਼ਰ ਪਿਆ ਅਤੇ ਉਹਨਾਂ ਨੇ ਇੱਕ ਅਣਪਛਾਤੇ ਬੰਦਿਆਂ 'ਤੇ FIR ਦਰਜ ਕਰਤੀ। ਤੁਹਾਨੂੰ ਯਾਦ ਹੋਊਗਾ ਪਾਰਲੀਮੈਂਟ ਵਿੱਚ ਇਹੀ ਅਣਪਛਾਤੀ ਗੱਲ ਨੂੰ ਭਗਵੰਤ ਮਾਨ ਨੇ ਔਨ ਰਿਕਾਰਡ ਆ ਕਿ ਪੁਲਿਸ ਕਦੀ ਅਣਪਛਾਤੀ ਨਹੀਂ ਹੁੰਦੀ, ਪੁਲਿਸ ਦੇ ਕੋਲ ਸਰਵਿਸ ਨੰਬਰ ਆ, ਉਹਦੇ ਕੋਲ ਸਰਵਿਸ ਰਿਵੋਲਵਰ ਆ, ਪੁਲਿਸ ਸਟੇਸ਼ਨ 'ਚ ਰਿਕਾਰਡ ਆ ਕਿੰਨਾ ਅਸਲਾ ਵਾ, ਕਿੰਨੀਆਂ ਗੋਲੀਆਂ ਚੱਲੀਆਂ। ਉਦੋਂ ਇਹਨੇ ਬਹੁਤ ਇਸ ਗੱਲ ਨੂੰ ਉਭਾਰਿਆ, ਟਿੱਚਰਾਂ ਕੀਤੀਆਂ, ਅੱਜ ਉਹੀ ਬਹਿਬਲ ਕਲਾਂ ਵਾਲੀ ਰਿਪੀਟ ਕਰਤੀ ਹਿਸਟਰੀ 9 ਸਾਲ ਬਾਅਦ। ਸੋ ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚੋਂ ਕੁਛ ਵੀ ਕਦੀ ਨਿਕਲੇਗਾ, ਕਿਉਂਕਿ ਜ਼ੀਰੋ FIR ਦਰਜ, ਜ਼ੀਰੋ FIR ਦੀ ਪ੍ਰੋਵੀਜ਼ਨ ਹੁੰਦੀ ਆ ਕਿ ਕਿਤੇ ਕ੍ਰਾਈਮ ਹੋਵੇ ਯੂ ਕੈਨ ਰਜਿਸਟਰ ਦੀ FIR ਐਂਡ ਸੈਂਡ ਇਟ ਟੂ ਦੀ ਰੈਲੀਵੈਂਟ ਪੁਲਿਸ ਸਟੇਸ਼ਨ। ਹੁਣ ਲੈਟਸ ਸੇ ਗੜੀ ਪੁਲਿਸ ਸਟੇਸ਼ਨ ਜੀਂਦ ਵਿੱਚ ਚਲ ਜਾਂਦੀ ਆ, ਹਰਿਆਣੇ ਦੇ ਵਿੱਚ BJP ਦੀ ਸਰਕਾਰ ਆ, ਜਿਸ ਢੰਗ ਦੇ ਨਾਲ ਉਹ BJP ਆਪਣੀਆਂ ਏਜੰਸੀਆਂ ਦਾ ਦੁਰ ਇਸਤੇਮਾਲ ਕਰਦੀ, ED CBI, ਅਤੇ ਉਹ ਆਪਣੇ ਵਿਰੋਧੀਆਂ ਦੇ ਉੱਤੇ ਪੂਰੇ ਸ਼ਰੇਆਮ ਨੰਗੇ ਚਿੱਟੇ ਹਮਲੇ ਕਰਦੇ ਨੇ, ਅਤੇ ਆਪਣੇ ਪੁਲਿਸ ਵਾਲਿਆਂ ਦੇ ਖਿਲਾਫ਼ ਕਿਉਂ ਐਕਸ਼ਨ ਲੈਣਗੇ? ਸੋ ਮੈਨੂੰ ਨਹੀਂ ਲੱਗਦਾ ਇਹਦੇ 'ਚੋਂ ਕੁਛ ਨਿਕਲਣਾ ਵਾ। ਇਹ ਪੰਜਾਬ ਨੂੰ ਔਰ ਹਾਲੇ ਤੱਕ ਇਹ ਨਹੀਂ ਕੋਈ ਤੈਅ ਕਰ ਸਕਿਆ ਕਿ ਵੇਅਰ ਇਜ਼ ਦੀ ਟੈਰੀਟਰੀ। ਜਿਸ ਢੰਗ ਦੇ ਨਾਲ ਪ੍ਰੀਤਪਾਲ ਮੁੰਡੇ ਨੂੰ ਔਰ ਹੋਰਨਾਂ ਨੂੰ ਆਪਣੇ ਬੋਰੀਆਂ 'ਚ ਪਾ ਕੇ ਪੁਲਿਸ ਵਾਲੇ ਚੱਕ ਕੇ ਲੈ ਗਏ, ਕੀ ਗਰੰਟੀ ਆ? ਪਹਿਲੀ ਗੱਲ ਤਾਂ ਇਹ ਕਿ ਪੰਜਾਬ 'ਚ ਨਹੀਂ ਇਹਦੀ ਗੋਲੀ ਮਾਰ ਕੇ ਹੱਤਿਆ ਹੋਈ, ਦੂਜਾ ਇਹਨੂੰ ਚੱਕ ਕੇ ਨਹੀਂ ਲੈ ਗਏ, ਘੜੀਸ ਕੇ ਨਹੀਂ ਲੈ ਗਏ ਟੂ ਬ੍ਰਿੰਗ ਦੈਮ ਇਨ ਟੂ ਆਰ ਟੈਰੀਟਰੀ। ਸੋ ਇਹ ਸਾਰੇ ਸਵਾਲ ਬਹੁਤ ਵੱਡੇ ਨੇ ਜਿਹਦਾ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੈ। ਤਾਂ ਹੀ ਉਹ ਅਸੀਂ ਕਹਿੰਦੇ ਹਾਂ ਕਿ ਇਹ ਇੱਕ ਸਿਰਫ ਆਈ ਵਾਸ਼ ਸੀਗਾ FIR, ਇਹਦੇ 'ਚ ਇਨਸਾਫ ਉਹੀ ਹੋਣਾ ਜੋ ਬੇਅਦਬੀਆਂ ਅਤੇ ਬਹਿਬਲ ਕਲਾਂ ਦਾ ਚੱਲ। ਖੈਰ ਸਰ, ਤੁਸੀਂ ਕਿਹਾ ਕਿ ਪ੍ਰੈਸ਼ਰ ਆ, ਪ੍ਰੈਸ਼ਰ ਤੋਂ ਬਾਅਦ FIR ਦਰਜ ਹੋਈ ਆ, ਪਰ ਭਗਵੰਤ ਸਿੰਘ ਮਾਨ ਤਾਂ ਉਸ ਤੋਂ ਪਹਿਲਾਂ ਇੱਕ ਟਵੀਟ ਵੀ ਕਰਦੇ ਨੇ, ਲਿਖ ਵੀ ਦਿੰਦੇ ਨੇ ਕਿ ਭਾਈ ਦੋਸ਼ੀਆਂ ਦੇ ਉੱਪਰ ਕਾਰਵਾਈ ਹੋਊਗੀ, ਉਹ ਲਾਜ਼ਮ ਹੋਊਗੀ। ਤੁਸੀਂ ਕਹਿ ਰਹੇ ਹੋ ਕਿ ਪ੍ਰੈਸ਼ਰ ਦੇ? ਹਾਂ, ਮੈਂ ਦੱਸ ਦਿੰਦਾ, ਉਹ ਤੁਸੀਂ ਦੇਖੋ ਅੰਦੋਲਨ ਸ਼ੁਰੂ ਹੋ ਗਿਆ February 13 ਨੂੰ ਜੀ, 13 ਤੋਂ ਲੈ ਕੇ ਜਿੱਦਣ ਨੌਜਵਾਨ ਮਰਦਾ ਉਦਣ ਤੱਕ ਇਹਨਾਂ ਦੀ ਕੋਈ ਬਹੁਤੀ ਹਰਕਤ ਨਹੀਂ ਸੀ। ਇਹ ਦੇ ਵਰ ਟਰਾਇੰਗ ਟੂ ਸ਼ੋ ਕਿ ਅਸੀਂ BJP ਦੇ ਮਿਨਿਸਟਰਸ ਨਾਲ ਅਸੀਂ ਗੱਲ ਕਰ ਰਹੇ ਹਾਂ ਜੀ, ਅਸੀਂ ਛੋਟਾ ਮੋਟਾ ਪ੍ਰਬੰਧ ਵੀ ਕਰ ਰਹੇ ਹਾਂ। ਪਰ ਇਸ FIR ਤੋਂ ਪਹਿਲਾਂ ਕੀ ਕੁਛ ਹੋਇਆ, ਪਹਿਲਾਂ ਆਪਾਂ ਉਹਦੇ 'ਤੇ ਦੇਖੀਏ ਜੀ। ਪਹਿਲੀ ਗੱਲ ਤਾਂ ਕਿ ਹਰਿਆਣੇ ਨੇ ਧਾਵਾ ਪੰਜਾਬ ਦੇ ਅੰਦਰ ਆਣ ਕੇ ਬੋਲਿਆ ਵਾ ਜੀ, ਜਿਹੜਾ ਘੱਗਰ ਦਰਿਆ ਨਾ ਉਹ ਪੰਜਾਬ ਦਾ ਵਾ ਜੀ, ਜਿਹੜਾ ਉਹ ਘੱਗਰ ਦਾ ਪੁਲ ਹੈਗਾ ਉਹਦੇ ਅੱਧ 'ਚ ਆਣ ਕੇ, ਕਿਉਂਕਿ ਮੈਂ ਤਾਂ ਉੱਥੇ ਲੱਗ ਕੇ ਜਾ ਕੇ ਦੇਖਿਆ, ਉਹਦੇ ਅੱਧ ਵਿੱਚ ਆਣ ਕੇ ਉਹਨਾਂ ਨੇ ਬੈਰੀਕੇਟਿੰਗ ਕੀਤੀ, ਦੈਟ ਮੀਨਸ ਇਟ ਇਜ਼ ਆਵਰ ਟੈਰੀਟਰੀ। ਭਗਵੰਤ ਉੱਥੇ ਫੇਲ ਹੋ ਗਿਆ, ਅਸਲ ਕੰਮ ਉਦਣ ਉਹ ਗੈਰ ਕਾਨੂੰਨੀ ਬੈਰੀਕੇਡ ਚੁਕਾਉਣ ਦਾ ਕਿਸਾਨਾਂ ਦਾ ਨਹੀਂ ਸੀਗਾ, ਉਹ ਪੰਜਾਬ ਦੀ ਪੁਲਿਸ ਦਾ ਸੀਗਾ। ਇਹ ਉਹਨਾਂ ਨੂੰ ਜਾ ਕੇ ਬੈਰੀਕੇਡ ਚੁਕਾਉਂਦੇ, ਹਰਿਆਣਾ ਆਪਣੀ ਟੈਰੀਟਰੀ 'ਚ ਲਾ ਲਵੇ, 100 ਵਾਰੀ ਰੋਕੇ ਕਿਸਾਨਾਂ ਨੂੰ, ਪਰ ਸਾਡੀ ਟੈਰੀਟਰੀ 'ਚ। ਸੋ ਨੰਬਰ 1 ਐਕਸ਼ਨ ਵਾਜ਼ ਨੀਡਿਡ ਦੈਟ ਵੈਰੀ ਡੇ ਕਿ ਉਹਨਾਂ ਨੇ ਸਾਡੀ ਪੰਜਾਬ ਦੀ ਹੱਦ ਵਿੱਚ ਕਿੱਦਾਂ ਵਾੜਿਆ। ਦੂਸਰਾ, ਜਦੋਂ ਫਿਰ ਟੇਅਰ ਗੈਸ ਛੱਡਣ ਲੱਗ ਗਏ ਡਰੋਨਾਂ ਰਾਹੀਂ, ਰਬਰ ਬੁਲੇਟਸ ਮਾਰਨ ਲੱਗ ਗਏ, ਬਹੁਤ ਕਿਸਾਨ ਜ਼ਖਮੀ ਹੋਏ। ਮੈਨੂੰ ਲੱਗਦਾ ਹੁਣੇ ਆ 250-200 ਦੇ ਲੱਗੇ, ਪੱਤਰਕਾਰ ਵੀ ਜ਼ਖਮੀ ਹੋਏ, ਤੁਹਾਨੂੰ ਪਤਾ ਸਾਰੀ ਗੱਲ ਦਾ, ਔਰ ਬੜੀਆਂ ਛੋਟੀਆਂ ਮੋਟੀਆਂ ਸੱਟਾਂ ਨਹੀਂ ਲੱਗੀਆਂ, ਬਹੁਤ ਜ਼ਬਰਦਸਤ ਇੰਜਰੀਜ਼ ਆ, ਉਹਨਾਂ ਸਾਰੀਆਂ ਦੀ ਮੈਡੀਕਲ ਰਿਪੋਰਟਸ ਹੈਗੀਆਂ। ਹੁਣ ਨੋਰਮਲ ਕੋਰਸ ਵਿੱਚ ਕ੍ਰਾਈਮ ਜਦੋਂ ਕੋਈ ਵੀ MLR ਆਉਂਦੀ ਆ ਅਤੇ ਉੱਥੋਂ ਦਾ ਪੁਲਿਸ ਸਟੇਸ਼ਨ ਇਜ਼ ਡਿਊਟੀ ਬਾਊਂਡ FIR ਦਰਜ ਕਰਨੀ, ਐਕਸ਼ਨ ਉਕਸ਼ਨ ਦਾ ਬਾਅਦ ਦੀ ਗੱਲ ਛੱਡੋ, ਇੱਥੇ ਇੱਕ FIR ਵੀ ਨਹੀਂ ਹੋਈ। ਫਿਰ ਹਰਿਆਣਾ ਪੁਲਿਸ ਨੇ ਆਪਣੇ ਅੰਦਰ ਆਣ ਕੇ ਇੱਕ ਅੰਦੋਲਨ ਦੇ ਵਿੱਚ ਟਰੈਕਟਰ ਬੜੇ ਭੰਨੇ ਨੇ, ਸੈਂਕੜਿਆਂ ਟਰੈਕਟਰਾਂ ਨੂੰ ਭੰਨਿਆਂ, ਮਤਲਬ ਰੱਜ ਕੇ। ਉਹ ਭੰਨਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਮਸ਼ੀਨਰੀ ਭੰਨ ਰਹੇ, ਉਹ ਸਾਡੀ ਔਕਾਤ ਦੇ ਉੱਤੇ, ਸਾਡੀ ਮਾਨਸਿਕਤਾ 'ਤੇ ਡੰਡੇ ਮਾਰ ਰਹੇ ਸੀਗੇ ਕਿ ਇਹਨਾਂ ਨੂੰ ਇੱਦਾਂ ਡਰਾਓ ਇਸ ਕਰਕੇ। ਔਰ ਨਾਲ ਹੀ ਜਿਹੜੇ ਸਾਡੇ ਨਿਸ਼ਾਨ ਸਾਹਿਬ ਨੂੰ ਕੁਚਲਿਆ, ਕਿਸਾਨੀ ਝੰਡਿਆਂ ਨੂੰ ਕੁਚਲਿਆ,
ਉਹ ਸਾਡੀ ਮਤਲਬ ਸਾਡੇ ਮਾਨਸਿਕਤਾ ਨੂੰ ਕੁਚਲ ਰਹੇ ਸੀ, ਪੈਰਾਂ ਥੱਲੇ ਰੋਂਦ ਰਹੇ ਸੀ ਕਿ ਕਿਸੇ ਤਰੀਕੇ ਇਹ ਕੌਣ ਹੁੰਦੇ ਨੇ, ਸਾਡੇ ਵੱਲ ਨੂੰ ਵਧਣ ਵਾਲੇ ਕੌਣ ਹੁੰਦੇ ਨੇ। ਉਹਦੇ ਵਿੱਚ ਵੀ ਭਗਵੰਤ ਮਾਨ ਅਟਫ ਫੇਲੀਅਰ ਆ। ਇਹ ਤਾਂ ਮੈਂ ਕਰਕੇ ਕੋਰਲੇਟ ਕਰ ਰਿਹਾ ਸਾਰਾ ਕੁਛ ਕਿ ਇਹ ਜਿਹੜੀ ਐਫ ਆਈ ਆਰ ਹੋਈ ਆ ਇਹਦੇ 'ਚੋਂ ਬਹੁਤਾ ਕੁਛ ਨਿਕਲਣਾ। ਇੱਕ ਗੱਲ ਇੱਥੇ ਹੈ ਵੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਆ ਕਿ ਮੈਂ ਪੰਜਾਬ ਕਿਸਾਨ ਹਿਤੈਸ਼ੀ ਹਾਂ, ਲਗਾਤਾਰ ਉਹ ਮੀਟਿੰਗਾਂ ਵੀ ਕਰਵਾਉਂਦੇ ਰਹੇ ਆ। ਚਲੋ ਕੇਂਦਰ ਇਹਨਾਂ ਚੀਜ਼ਾਂ ਦੇ ਉੱਤੇ ਨਹੀਂ ਆ ਰਿਹਾ, MSP 'ਤੇ ਨਹੀਂ ਆ ਰਿਹਾ ਗਾ, ਸਵਾਮੀਨਾਥਨ ਦੀ ਰਿਪੋਰਟ 'ਤੇ ਨਹੀਂ ਆ ਰਿਹਾ, ਕੀ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਇਹਦੇ ਵਿੱਚ ਬਿੱਲ ਲੈ ਕੇ ਆ ਸਕਦੀ ਹੈ ਕਿ ਸਵਾਮੀਨਾਥਨ ਦੀ ਰਿਪੋਰਟ ਅਸੀਂ ਇੱਥੇ ਲਾਗੂ ਕਰਦੇ ਹਾਂ, ਪਾਸ ਕਰਨਾ ਨਾ ਕਰਨਾ ਫੈਸਲਾ, ਕੀ ਇਹ ਬਿੱਲ ਲੈ ਕੇ ਆ ਸਕਦੇ? ਹਾਂ, ਪੰਜਾਬ ਵਿਧਾਨ ਸਭਾ ਆਟੋਨਮਸ ਬੋਡੀ ਆ, ਅਸੀਂ ਕੁਛ ਵੀ ਕਰ ਸਕਦੇ ਹਾਂ। ਬਲਕਿ ਇਹਨਾਂ ਨੂੰ ਬਜਟ ਇਜਲਾਸ ਬਾਅਦ ਵਿੱਚ ਰੱਖਣਾ ਚਾਹੀਦਾ ਸੀ। ਪਹਿਲਾਂ ਜਿਹੜਾ ਫਾਰਮਰਸ ਐਜੂਟੇਸ਼ਨ ਦਾ ਇਹ ਸਾਰਾ ਫਸਿਆ ਜਿਹੜਾ ਪੇਚ, ਪਹਿਲਾਂ ਇਹਦੇ 'ਤੇ ਰੱਖਦੇ, ਇੱਕ ਭਾਵਾਂ ਦੋ ਤਿੰਨ ਦਿਨ ਦਾ, ਦੋ ਦਿਨ ਦਾ ਸੈਸ਼ਨ ਬੁਲਾ ਲੈਂਦੇ, ਸਪੈਸ਼ਲ ਸੈਸ਼ਨ ਹਾਊ ਟੂ ਡੀਲ ਵਿਦ ਦਾ ਫਾਰਮਰਸ ਪ੍ਰੋਟੈਸਟ। ਉਹਦੇ 'ਚ ਹੁਣ ਤਿੰਨ ਚਾਰ ਇਸ਼ੂਜ਼ ਨੇ। ਇੱਕ ਤਾਂ ਇਹ ਹੈਗਾ ਕਿ ਅਸੀਂ ਪਹਿਲਾਂ BJP ਦੇ ਹਾਈ ਹੈਂਡਡਨੈਸ ਨੂੰ, ਪੁਲਿਸ ਹਰਿਆਣਾ ਦੀ ਜਿਹੜੇ ਤਸ਼ੱਦਦ ਆ ਉਹਨੂੰ ਅਸੀਂ ਕੰਡੈਮ ਕਰਦੇ ਮਤਾ ਪਾਸ ਕਰਕੇ ਅਤੇ ਗਵਰਨਰ ਦੇ ਰਾਹੀਂ ਰਾਸ਼ਟਰਪਤੀ ਨੂੰ ਭੇਜਦੇ। ਦੂਸਰਾ ਹੈਗਾ ਵਾ ਕਿ ਜਿਹੜੀ MSP ਨੂੰ ਲੋਅ ਬਣਾਉਣਾ, ਉਹ ਸ਼ਾਇਦ ਇੱਕ ਸਟੇਟ ਗਵਰਨਮੈਂਟ ਇੰਟਾਈਟਲ ਨਹੀਂ ਗੀ ਕਿ ਉਹ ਸਾਰੇ ਦੇਸ਼ ਵਿੱਚ ਸਾਰੇ ਪੰਜਾਬ ਨੂੰ MSP ਦੇ ਸਕੇ, ਕਿਉਂਕਿ ਜੇ ਤੁਸੀਂ ਦੇਖੋਗੇ ਇਕੱਲੇ ਕਣਕ ਅਤੇ ਝੋਨੇ ਦੀ MSP ਜਿਹੜੀ ਹੈ ਨਾ ਸਾਲ ਦੀ, ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਬਣਦੀ ਹੈ ਗਵਰਨਮੈਂਟ ਆਫ ਇੰਡੀਆ ਦੇ ਵਾਸਤੇ, ਅਸੀਂ ਪਰਚੇਜ਼ ਕਰਦੇ ਮਾਰਕਫੈਡ, ਪਨਸਪ ਔਰ FCI ਤਾਂ ਉਹਨਾਂ ਦੀ ਏਜੰਸੀ ਆ, ਇਹ ਆਲਮੋਸਟ 75,000 ਕਰੋੜ ਰੁਪਏ ਦੀ ਸਾਲਾਨਾ ਫਸਲ ਦੀ ਹੈਗੀ ਆ ਪਰਚੇਜ਼ਿੰਗ, ਉਹਦਾ ਖਰਚਾ ਆਉਂਦਾ ਵਾ। ਹੁਣ 75,000 ਕਰੋੜ ਰੁਪਈਆ, ਟੂ ਬੀ ਓਨੈਸਟ, ਅਗਰ ਮੈਂ ਇਹਦੀ ਜਗ੍ਹਾ 'ਤੇ ਹੁੰਦਾ ਤਾਂ ਮੈਂ ਲੋਕਾਂ ਨੂੰ ਕਹਿੰਦਾ ਕਿ ਸਾਡੇ ਕੋਲ 75,000 ਕਰੋੜ ਰੁਪਈਆ ਸਾਲ ਦਾ ਦੇਣ ਵਾਸਤੇ ਹੈ ਨਹੀਂਗਾ, ਸਾਡੇ ਕੋਲ ਤਾਂ 5,000 ਕਰੋੜ ਵੀ ਹੈ ਨਹੀਂਗਾ, ਮੂੰਗੀ ਨਾ ਦੇ ਸਕੇ। ਮੂੰਗੀ ਦੀ ਜਿਹੜੀ ਦੇਖੀ ਸੀ, 90% ਜ਼ਿਮੀਦਾਰਾਂ ਨੇ ਮੂੰਗੀ 2-3 ਹਜ਼ਾਰ ਰੁਪਏ ਕੁਇੰਟਲ ਘੱਟ ਵੇਚੀ, ਮੱਕੀ ਘੱਟ ਵੇਚੀ ਆ, ਬਿਕੋਜ਼ ਪੈਸਾ ਹੀ ਹੈ ਨਹੀਂਗਾ। ਅਤੇ ਅਸੀਂ MSP ਦੇ ਉੱਤੇ ਵੀ ਵੀ ਕੈਨ ਪਾਸ ਅ ਰੈਜ਼ੋਲਿਊਸ਼ਨ ਕਿ ਅਸੀਂ ਪੰਜਾਬ ਦੇ 3 ਕਰੋੜ ਆਬਾਦੀ ਦੇ ਨੁਮਾਇੰਦੇ, ਅਸੀਂ ਕੇਂਦਰ ਨੂੰ ਕਹਿੰਦੇ ਹਾਂ ਕਿ ਕਿਸਾਨ ਅੰਦੋਲਨ ਦੀ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਸਵੀਕਾਰ ਕੀਤੀ ਜਾਵੇ। ਇੰਨਾ ਅਸੀਂ ਕਰ ਸਕਦੇ। ਹੁਣ ਆ ਗਈ ਸਵਾਮੀਨਾਥਨ ਕਮੇਟੀ ਦੀ ਰਿਪੋਰਟ। ਅਗੇਨ ਕਮਿੰਗ ਬੈਕ ਕਿ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਅਗਰ ਅਸੀਂ ਲਾਗੂ ਕਰਦੇ ਹਾਂ, ਸਾਨੂੰ ਫੰਡਸ ਚਾਹੀਦੇ। ਮੈਂ ਇੱਕ ਦਿਨ ਸੁਣ ਰਿਹਾ ਸੀ ਭਗਵੰਤ ਮਾਨ ਨੂੰ ਪੁੱਛਿਆ ਇੱਕ ਡਿਬੇਟ ਦੇ ਵਿੱਚ ਕਿ ਤੁਸੀਂ ਤਾਂ ਪਹਿਲਾਂ ਕਹਿੰਦੇ ਸੀ MSP ਦਿਆਂਗੇ, ਕਹਿੰਦੇ ਰਹੇ ਨੇ ਇਹ ਕਿ ਅਸੀਂ ਦਿਆਂਗੇ ਸਾਰੀਆਂ ਜਿਹੜੀ ਗਗਨ ਉਹ 5-5 ਮਿੰਟ 'ਚ ਕਰਾਂਗੇ। ਹੁਣ ਉਹਨਾਂ ਨੇ ਇੱਕ ਗੱਲ ਕਹੀ ਮੈਂ ਸੁਣੀ, ਭਗਵੰਤ ਕਹਿੰਦਾ ਜੀ ਅਸੀਂ MSP ਤਾਂ ਨਹੀਂ ਦੇ ਸਕਦੇ, ਉਹ ਤਾਂ ਕੇਂਦਰ ਨੇ ਦੇਣੀ ਹੈ, ਅਸੀਂ ਬੋਨਸ ਦੇ ਸਕਦੇ ਹਾਂ। ਲੈ ਬਹੁਤ ਵਧੀਆ ਗੱਲ ਹੈ, ਇਹਨੂੰ ਕਹਾਂ ਬੋਨਸ ਦੇ ਦੇਵੇ। ਇਹਨਾਂ ਨੇ ਤੁਹਾਨੂੰ ਯਾਦ ਹੋਣਾ ਉਦਾਹਰਣ ਵੀ ਦਿੱਤਾ ਸੀਗਾ ਕਿ ਦਿੱਲੀ ਦੇ ਵਿੱਚ ਇੱਕ ਵਾਰ ਕੋਈ ਫਸਲ ਦਾ ਖਰਾਬਾ ਹੋਇਆ ਸੀਗਾ, ਇਹਨਾਂ ਨੇ ਕਹਿੰਦੇ ਅਸੀਂ ਕਿ ਸਵਾਮੀਨਾਥਨ ਕਮੇਟੀ ਦੀ ਰਿਕਮੈਂਡੇਸ਼ਨ ਨਾਲ ਪਰਚੇਜ਼ ਵੀ ਕੀਤੀ, ਖਰਾਬਾ ਵੀ ਦਿੱਤਾ। ਹੁਣ ਉੱਥੇ ਕੈਚ ਕੀ ਆ ਕਿ ਦਿੱਲੀ ਦਾ ਜਿਹੜਾ ਐਗਰੀਕਲਚਰ ਰਕਬਾ ਹੈਗਾ ਬਹੁਤ ਥੋੜ੍ਹਾ ਜਿਹਾ ਹੈਗਾ, ਮਾਮੂਲੀ ਜਿਹਾ ਵਾ। ਲੈਟਸ ਸੇ ਟੂ ਬੀ ਓਨੈਸਟ, ਹੋ ਸਕਦਾ ਐਵੇਂ 1,000-2,000-3,000 ਕਿੱਲੇ ਦੀ ਫਸਲ ਆਉਂਦੀ ਆ। ਉੱਥੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਕੇ ਉਹ ਪੈਸੇ ਦੇ ਸਕਦਾ ਵਾ, ਦਿੱਤੇ ਉਹਨੇ ਕੇਜਰੀਵਾਲ ਨੇ ਦੂਜਿਆਂ ਨੂੰ ਦਿਖਾਉਣ ਵਾਸਤੇ। ਹੁਣ ਪੰਜਾਬ ਦੇ ਵਿੱਚ ਜਿਹੜੀ ਆ ਫਸਲ ਦਾ ਰਕਬਾ ਇਹ 2,00,000 ਹੈਕਟੇਅਰ ਆ, ਜੇ ਦੇ ਸਕਦਾ ਤਾਂ ਜ਼ਰੂਰ ਦੇ ਦੇਵੇ, ਪਰ ਮੇਰੇ ਹਿਸਾਬ ਨਾਲ ਬੋਨਸ ਵੀ ਨਹੀਂ ਦੇ। ਬੋਨਸ ਤਾਂ ਇੱਥੇ 100 ਰੁਪਇਆ ਕੁਇੰਟਲ ਨਹੀਂ ਦੇ ਸਕਦਾ, ਅਤੇ ਪਰਚੇਜ਼ ਹੁੰਦੀ ਹੈ ਬਹੁਤ ਜ਼ਿਆਦਾ। ਪਰ ਜੇ ਅਸੀਂ ਦੇ ਨਹੀਂ ਸਕਦੇ, ਘੱਟੋ ਘੱਟ ਕਿਸਾਨਾਂ ਦੀ ਲੜਾਈ ਵਿਧਾਨ ਸਭਾ ਦੇ ਪਲੇਟਫਾਰਮ ਤੋਂ ਲੜੀ ਤਾਂ ਜਾ ਸਕਦੀ ਸੀ ਨਾ, ਉਹਨੂੰ ਉਹਨਾਂ ਨੇ ਜਿੱਦਾਂ ਮੈਂ ਕਹਿੰਦਾ ਰੋਲ ਦਿੱਤਾ। ਕੱਲ੍ਹ ਗਵਰਨਰ ਦਾ ਐਡਰੈਸ ਬੁਲਾ ਲਿਆ, ਦੇ ਵਾਂਟਿਡ ਟੂ ਪ੍ਰੋਸੀਡ, ਹੁਣ ਅਗਲੇ ਦਿਨਾਂ 'ਚ ਬਜਟ। ਸੋ ਆਈ ਡੋਂਟ ਥਿੰਕ ਕਿ ਕਿਸਾਨੀ ਅੰਦੋਲਨ ਨੂੰ ਕੋਈ ਵਿਧਾਨ ਸਭਾ ਸੀਰੀਅਸਲੀ ਉਹਨਾਂ ਦੇ ਏਜੰਡੇ 'ਤੇ ਹੈ ਹੀ ਨਹੀਂ ਗਾ। ਜਿਹੜਾ ਸਾਡੇ ਕੋਲ ਏਜੰਡਾ ਦਿੱਤਾ ਉਹਦੇ 'ਚ ਫਾਰਮਰਸ ਦੇ ਇਸ਼ੂ ਦੇ ਅਤੇ ਐਜੂਟੇਸ਼ਨ ਦਾ ਕੋਈ ਪੁਆਇੰਟ ਹੀ ਹੈ ਨਹੀਂ ਗਾ, ਨੁਕਤਾ ਹੀ ਹੈ ਨਹੀਂ ਗਾ। ਜੇ ਤੁਸੀਂ ਗੱਲ ਕਰੀ ਕਿ ਦੇ ਨਹੀਂ ਸਕਦੇ,
ਤਾਂ ਫਿਰ ਜਦੋਂ ਭਗਵੰਤ ਸਿੰਘ ਮਾਨ ਨੇ ਗੱਲ ਕਰੀ ਸੀ ਕਿ ਸਾਡੀ ਸਰਕਾਰ ਆਉਣ ਤੇ ਆਮ ਆਦਮੀ ਪਾਰਟੀ ਸਰਕਾਰ ਆ ਰਹੀ ਤਾਂ ਅਸੀਂ 22 ਦੀਆਂ 22 ਫਸਲਾਂ ਤੇ MSP ਦੇਵਾਂਗੇ, ਇਹ ਚੀਜ਼ ਔਨ ਰਿਕਾਰਡ ਆ, ਕੀ ਗੱਲ ਉਦੋਂ ਇਸ ਚੀਜ਼ ਦਾ ਇਲਮ ਨਹੀਂ ਸੀ? ਨਹੀਂ, ਮੇਰਾ ਖਿਆਲ ਤਾਂ ਮੈਂ ਇਹਨਾਂ ਨੂੰ ਕਈ ਵਾਰੀ ਕਿਹਾ ਅਨਟ੍ਰੇਨਡ ਬੰਦੇ ਨੇ, ਕਈ ਵਾਰੀ ਦੇਖੋ MP ਬਣ ਜਾਣਾ ਗੱਲ ਹੋਰ ਆ, ਲੇਕਿਨ ਉਹਦੇ ਫਾਈਨੈਂਸ਼ੀਅਲ ਇੰਪਲੀਕੇਸ਼ਨਸ ਨੂੰ ਸਮਝਣਾ ਇਟਸ ਅਨਦਰ ਮੈਟਰ। ਮੇਰਾ ਨਹੀਂ ਖਿਆਲ ਕਿ ਭਗਵੰਤ ਮਾਨ ਨੂੰ ਇਸ ਗੱਲ ਦਾ ਇਲਮ ਸੀਗਾ ਕਿ ਇਹਦਾ ਵੋਲਿਊਮ ਆਫ ਫਾਈਨੈਂਸ਼ੀਅਲ ਇੰਪੈਕਟ ਕਿੰਨਾ ਵਾ। ਅਗਰ ਜੇ ਹੁੰਦਾ ਕਿ 75,000 ਕਰੋੜ ਦੀਆਂ ਤਾਂ ਦੋ ਹੀ ਫਸਲਾਂ ਵਾ, ਅੱਗੇ ਕਣਕ, ਝੋਨਾ, ਆਲੂ, ਗੰਨਾ, ਸਬਜ਼ੀਆਂ, ਫਲ, ਫਰੂਟ, ਹਾਰਟੀਕਲਚਰ, ਅਬੋਰ, ਕਿੰਨੂ, ਨਾਖ, ਅੰਮ੍ਰਿਤਸਰ। ਸੋ ਇਹਨੂੰ ਪਤਾ ਨਹੀਂ ਸੀਗਾ। ਅਤੇ ਜਿਹੜੀ ਗਗਨ ਅਨਮੋਲ ਸੀ ਉਹ ਤਾਂ ਬਿਲਕੁਲ ਹੀ ਰੋ ਸੀ ਨਾ, ਉਹ ਤਾਂ ਇਕਦਮ ਆਪਣੇ ਕੀ ਕਹਿੰਦੇ ਗੀਤ ਸੰਗੀਤ 'ਚੋਂ ਇਕਦਮ ਲਿਆਂਦੀ ਕੇਜਰੀਵਾਲ ਨੇ ਕਿ ਚਿਹਰੇ ਚਾਹੀਦੇ ਨੇ। ਆਹ ਜਿਹੜਾ ਸੈਲੀਬ੍ਰਿਟੀ ਵਾਲਾ ਪੋਲੀਟਿਕਸ ਦਾ ਹੈਗਾ ਸਿਸਟਮ, ਇਹ ਵੀ ਫੇਲ ਹੈ। ਆਹ ਸਨੀ ਦਿਓਲ ਦੇਖ ਲਓ, ਫੇਲ ਹੋ ਗਿਆ। ਪਹਿਲਾਂ ਵਿਨੋਦ ਖੰਨਾ ਸੀਗਾ, ਉਹ ਵੀ ਸਾਰਾ ਹੇਮਾ ਮਾਲਨੀ ਲਿਆ, ਧਰਮਿੰਦਰ ਲਿਆਂਦਾ, ਕਿੰਨੇ ਆਏ, ਮੈਨੂੰ ਲੱਗਦਾ ਪੰਜਾਬ 'ਚੋਂ ਕਿੰਨੇ ਐਕਟਰ ਆਏ ਹੋਣਗੇ। ਟੂ ਸਮ ਐਕਸਟੈਂਟ ਮੈਂ ਜੇ ਕਹਾਂ, ਗਲਤ ਨਾ ਹੋਵਾਂ ਤਾਂ ਈਵਨ ਭਗਵੰਤ ਮਾਨ ਦਾ ਵੀ ਐਕਸਪੈਰੀਮੈਂਟ ਐਜ਼ ਅ ਕਮੇਡੀਅਨ ਹੀ ਆਇਆ ਨਾ ਐਕਚੁਅਲੀ। ਜੀ, ਕਮੇਡੀਅਨ ਅਤੇ ਐਡਮਿਨਿਸਟ੍ਰੇਟਰ ਵਿੱਚ ਫਰਕ ਆ। ਜੀ, ਮਾਫ ਕਰਨਾ, ਮੇਰਾ ਅਮਰਿੰਦਰ ਸਿੰਘ ਨਾਲ ਕੋਈ ਲੈਣਾ ਦੇਣਾ ਨੀਗਾ, ਉਹ ਬੈਟਰ ਐਡਮਿਨਿਸਟ੍ਰੇਟਰ ਸੀਗਾ, ਜਾਂਦਾ ਨਹੀਂ ਸੀ ਕਿ ਕਰਦਾ ਹੀ ਕੁਛ ਨਹੀਂ ਸੀਗਾ, ਚੰਡੀਗੜ੍ਹੋਂ ਬੈਠੇ ਆਪਣੀ ਐਡਮਿਨਿਸਟ੍ਰੇਸ਼ਨ ਚਲਾ ਰਿਹਾ ਸੀ। ਐਡਮਿਨਿਸਟ੍ਰੇਸ਼ਨ ਦਾ ਵਾਕਫੀਅਤ ਅਤੇ ਤਜਰਬਾ ਹੋਣਾ ਬਹੁਤ ਲਾਜ਼ਮੀ ਆ, ਜਿਹੜਾ ਕਿ ਇਹਨਾਂ ਨੂੰ ਹੈ ਨੀਗਾ। ਅਤੇ ਰਹਿ ਗਈ ਇਹਨਾਂ ਦੇ ਟੋਲੇ ਦੀ, ਹੁਣ ਜਿਹੜੇ 92 ਨੇ ਉਹਦੇ 'ਚੋਂ ਮੈਂ ਉਹਨਾਂ ਦਾ ਨਾਮ ਰੱਖਿਆ ਹੋਇਆ ਬੰਦੂਆ ਮਜ਼ਦੂਰ, ਜਿੱਦਾਂ ਭੱਠੇ ਦੇ ਉੱਤੇ ਪਥੇਰ ਨਹੀਂ ਲਿਆ ਕੇ ਬਿਠਾਤੇ ਹੁੰਦੇ ਵੀ ਆਪਣਾ ਕੰਮ ਕਰੀ ਚਲੋ, ਕਰੀ ਚਲੋ ਇੱਟਾਂ। ਸੋ ਇਹਦੇ 'ਚ ਕੰਵਰ ਕੁੰਵਰ ਵਿਜੇ ਪ੍ਰਤਾਪ ਨੂੰ ਛੱਡ ਦਿਓ ਤੁਸੀਂ, ਐਟਲੀਸਟ ਉਹਨੇ ਬੇਅਦਬੀ ਅਤੇ ਉਹਦਾ ਓਪੀਨੀਅਨ ਹੈ। ਤੁਸੀਂ ਦੱਸੋ ਬਾਕੀ 91 ਬੰਦਿਆਂ ਦਾ ਇੰਨੇ ਰੌਲੇ ਪਏ, ਇੰਨੇ ਸੇ ਲੱਗੀ, ਤੁਸੀਂ ਹੱਕ 'ਚ ਜਾਂ ਉਲਟ 'ਚ ਓਪੀਨੀਅਨ ਤਾਂ ਦੱਸੋ। ਕਿਸਾਨ ਅੰਦੋਲਨ ਹੈ, ਤੁਸੀਂ ਹੱਕ 'ਚ ਅਤੇ ਉਲਟ 'ਚ ਓਪੀਨੀਅਨ ਤਾਂ ਦੱਸੋ। ਓਵਰਸੀਜ਼ ਸਿੱਖਾਂ ਦੀ ਕੈਨੇਡਾ ਦੇ ਧਰਤੀ ਦੇ ਉੱਤੇ ਉਹਦੇ ਕਤਲ ਹੋਏ ਨੇ, ਤੁਸੀਂ ਉਹਦੇ ਹੱਕ 'ਚ ਜਾਂ ਉਲਟ ਤਾਂ ਦੱਸੋ। ਚਲੋ 91 ਨਹੀਂ ਦੱਸਦੇ, ਭਗਵੰਤ ਮਾਨ ਸਿੱਖ ਚੀਫ ਮਿਨਿਸਟਰ ਆ, ਪੰਜਾਬ ਇੱਕ ਮਾਈਨੋਰਿਟੀ ਸਟੇਟ ਆ, ਵੇਅਰ ਇਜ਼ ਹਿਜ਼ ਓਪੀਨੀਅਨ? ਆਰ ਵੀ ਓਨਲੀ ਹੇਅਰ ਫੋਰ ਕਿ ਕੱਚੀਆਂ ਸੜਕਾਂ ਪੱਕੀਆਂ ਕਰ ਦੇਣੀਆਂ, ਗਲੀਆਂ ਪੱਕੀਆਂ ਕਰ ਦੇਣੀਆਂ, ਬਲਬ ਲਾ ਦੇਣੇ ਆ, ਰਾਸ਼ਨ ਘਰਾਂ ਤਾਂ ਹੀ ਪਹੁੰਚਾ ਦੇਣਾ? ਦਿਸ ਇਜ਼ ਨੋਟ ਵਟ ਪੰਜਾਬ ਇਜ਼ ਡਿਮਾਂਡਿੰਗ। ਪੰਜਾਬ ਦੀ ਲੜਾਈ ਗੈਰਤ, ਅਣਖ ਅਤੇ ਪੱਗ ਦੀ ਕਿਤੇ ਹੀ ਅੱਗੇ ਲੜਾਈ ਹੈਗੀ। ਆਹ ਜਿਹੜੇ ਕਿਸਾਨ ਆਪੇ ਆਪ ਮੁਹਾਰੇ ਉੱਥੇ ਮਰ ਰਹੇ ਨੇ, ਸ਼ੁਭਕਰਨ ਮਰਿਆ ਵਿਚਾਰਾ, ਜਾਂ ਜਿਹੜੇ ਫੱਟੜ ਹੋਏ ਨੇ ਉਹ ਇੱਥੇ ਪੱਚ ਲਵਾਉਣ ਥੋੜ੍ਹਾ ਸੜਕਾਂ 'ਤੇ ਗਏ ਨੇ। MSP ਦਾ ਮੁੱਦਾ ਵਾ, ਪਰ MSP ਦੇ ਪਿੱਛੇ ਜੋ ਪੰਜਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਈ, ਪੁਰਾਣੀ ਇੱਕ ਲੰਬੀ ਦਾਸਤਾਨ, ਉਹ ਲੋਕਾਂ ਦੇ ਜ਼ਿਹਨ ਦੇ ਵਿੱਚ ਫਿਕਸਡ ਹੈ। ਇੱਕ ਖੈਰਾ ਸਾਹਿਬ, ਤੁਹਾਡੇ 'ਤੇ ਨਿੱਜੀ ਸਵਾਲ ਹੋਊਗਾ, ਗਾਂਹਲੇ ਸਵਾਲ ਵੀ ਚੱਲੂਗਾ। ਜਿਹੜੀ ਚਰਚਾ ਲੋਕਾਂ ਦੇ ਵਿੱਚ ਚੱਲਦੀ ਹੈ ਜਦੋਂ ਤੋਂ ਤੁਸੀਂ ਜੇਲ੍ਹ ਤੋਂ ਬਾਹਰ ਆਏ ਹੋ, ਇੱਕ ਲੋਕ ਕਹਿੰਦੇ ਆ ਵੀ ਤੁਸੀਂ ਤਾਂ ਲਗਾਤਾਰ ਬੋਲ ਰਹੇ ਹੋ, ਪਰ ਲੋਕਾਂ 'ਚ ਇਹ ਚਰਚਾ ਕਿ ਖੈਰਾ ਅੱਗੇ ਨਾਲੋਂ ਦੱਬ ਗਿਆ, ਕੀ ਦਵੇ ਹੋ? ਨਹੀਂ, ਮੈਂ ਕੱਲ੍ਹ ਵਿਧਾਨ ਸਭਾ ਗਿਆ ਸੀਗਾ, ਮੈਂ ਕਿਹਾ ਇਹਨੂੰ ਕਿਤੇ ਵਹਿਮ ਨਾ ਰਹੇ ਆ ਜਿਹੜੇ ਸਾਹਮਣੇ ਬੈਠੇ ਆ। ਅਤੇ ਕੱਲ੍ਹ, ਚਲੋ ਪਹਿਲਾ ਦਿਨ ਸੀਗਾ, ਮਾਈਕ ਤਾਂ ਕਿਸੇ ਦਾ ਚਲਾਉਣ ਨਹੀਂ ਦਿੱਤੇ। ਵੈਲ ਵਿੱਚ ਜਾ ਕੇ ਗਵਰਨਰ ਨੂੰ ਜੋ ਸਵਾਲ, ਜੋ ਸਰਕਾਰ ਨੂੰ ਕਿ ਤੁਸੀਂ ਸ਼ੁਭ ਕਰਨ ਦੇ ਉੱਤੇ ਕਮਜ਼ੋਰ ਹੋ, ਇਹਨਾਂ ਦੇ ਸਾਹਮਣੇ ਖੜ ਕੇ ਗਈਆਂ। ਔਰ ਉਸ ਤੋਂ ਇਲਾਵਾ ਮੇਰੀ ਐਕਟੀਵਿਟੀ ਤੁਸੀਂ ਨੋਟ ਕੀਤੀ ਹੋਣੀ, ਜੇਲ੍ਹ ਤੋਂ ਬਾਹਰ ਆਣ ਕੇ ਲਗਾਤਾਰ, ਚਾਹੇ ਉਹ NSA ਦੇ ਮੋਰਚੇ 'ਚ ਜਾਣਾ, ਚਾਹੇ ਉਹ ਥੋੜ੍ਹੇ ਦਿਨ ਪਹਿਲਾਂ ਮੈਂ ਮੌੜ ਹਲਕੇ 'ਚੋਂ ਜਿਹੜਾ ਸ਼ੁਭ ਕਰਨ ਦੇ ਇਨਸਾਫ ਦੀ ਗੱਲ ਕੀਤੀ, ਜਾਂ ਮੈਂ ਥੋੜ੍ਹੇ ਦਿਨ ਪਹਿਲਾਂ ਉਹ ਮਾਈਨਿੰਗ ਹੋ ਰਹੀ ਸੀ ਗੈਰ ਕਾਨੂੰਨੀ ਸਿੱਧਵਾਂ ਬੇਟ ਤੁਸੀਂ ਚੱਕਿਆ ਸੀ ਮਸਲਾ ਮਨਿੰਦਰ ਸਿੰਘ ਜੀ, ਉੱਥੇ ਪਹੁੰਚਿਆ ਮੈਂ ਜਦੋਂ ਜੇਲ੍ਹ ਵਿੱਚ ਸੀਗਾ, ਮੈਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਇੰਨਾ ਕੁ ਜ਼ਰੂਰ ਕੋਸ਼ਿਸ਼ ਕੀਤੀ ਆ ਆਫਟਰ ਰੀਡਿੰਗ ਲੋਟ ਆਫ ਇੰਪੋਰਟੈਂਟ ਕੈਰੈਕਟਰਸ ਆਫ ਦ ਵਰਲਡ, ਕਿ ਗੱਲ ਤਾਂ ਆਪਾਂ ਮਤਲਬ ਦੀ ਕਹਿਣੀ ਹੈ, ਗੱਲ ਆਪਾਂ ਨੁਕਤੇ ਦੀ ਕਹਿਣੀ ਹੈ, ਅਤੇ ਅਗਰ ਕੋਈ ਗੱਲ ਕਹਿਣ ਦਾ ਲਹਿਜਾ ਬਦਲ ਲਿੱਤਾ ਜਾਵੇ ਤਾਂ ਕੋਈ ਹਰਜ ਨਹੀਂ ਗਾ। ਉਦੋਂ ਮੈਂ ਪਹਿਲਾਂ ਵੀ ਕੋਟ ਕੀਤਾ, ਮੈਂ ਦੁਬਾਰਾ ਕਰ ਦਿੰਦਾ, ਨੈਲਸਨ ਮੰਡੇਲਾ, ਪੜ੍ਹਿਆ ਤਾਂ ਮੈਂ ਇਮਰਾਨ ਖਾਨ ਵੀ ਆ, ਪੜ੍ਹਿਆ ਤਾਂ ਮੈਂ
ਇਜ਼ਰਾਈਲ ਪੈਲਸਟਾਈਨ ਕੌਨਫਲਿਕਟ ਵੀ ਆ, ਮਹਾਰਾਜਾ ਰਣਜੀਤ ਸਿੰਘ ਐਟਸੈਟਰਾ, ਹੋਰ ਵੀ ਪੜ੍ਹੇ। ਨੈਲਸਨ ਮੰਡੇਲਾ ਨਾਲੋਂ ਜ਼ਿਆਦਾ ਕਿਸੇ ਨੇ ਤੰਗੀ ਨਹੀਂ ਕੱਟੀ ਜੀ, ਜਿਹੜਾ 27 ਸਾਲ ਐਕਚੁਅਲ ਜੇਲ੍ਹ ਜੀ, ਹੁਣ ਤੁਸੀਂ ਦੇਖ ਲਓ 27 ਸਾਲ ਜ਼ਿੰਦਗੀ ਬਦਲ ਜਾਂਦੀ ਆ। ਉਹ ਜਦੋਂ ਔਰ ਉਹਦੇ ਨਾਲ ਤਸ਼ੱਦਦ ਸਾਡੇ ਨਾਲ ਕਿਤੇ ਗੁਣਾ ਜ਼ਿਆਦਾ ਆ, ਮਤਲਬ ਉਹਨਾਂ ਨੂੰ ਜਿਹੜੇ ਉਸ ਵਕਤ ਦੀ ਰੇਸਿਸਟ ਰਜੀਮ ਸੀਗੀ, ਪਹਿਲਾਂ ਪ੍ਰੈਜ਼ੀਡੈਂਟ ਸੀਗਾ ਬੋਥਾ, ਫਿਰ ਐਫ ਡੀ ਕਲਰਕ ਬਣਦਾ ਵਾ, ਉਹਨਾਂ ਨੇ ਇਹਨੂੰ ਬਹੁਤ ਟੋਰਚਰ ਕੀਤਾ। ਮਤਲਬ ਇਹਦੇ 'ਤੇ ਤਾਂ ਨਹੀਂ, ਪਹਿਲੀ ਗੱਲ ਤਾਂ ਇਹਨੂੰ 6x6 ਸੈੱਲ ਵਿੱਚ ਰੱਖਿਆ, ਇਹ 6'2-3 ਇੰਚ ਦਾ ਕੱਦ ਦਾ ਬੰਦਾ ਸੀਗਾ। ਇਹਨਾਂ ਦੇ ਜਿਹੜੇ ਨਾਲ ਸਾਥੀ ਸੀਗੇ, ਏ ਐੱਨ ਸੀ ਜਿਹੜੀ ਇਹਨਾਂ ਦੀ ਸੀਗੀ, ਅਫਰੀਕਨ ਨੈਸ਼ਨਲ ਕਾਂਗਰਸ ਪਾਰਟੀ, ਉਹਨਾਂ ਦੇ ਉੱਤੇ ਪਿਸ਼ਾਬ ਕਰਦੇ ਸੀ ਗੋਰੇ, ਮੈਂਟਲ ਟੋਰਚਰ। ਪਰ ਜਦੋਂ ਇਹ ਬਾਹਰ ਆਉਂਦਾ 27 ਸਾਲ ਬਾਅਦ, ਅਤੇ ਇਹਨੇ ਆਪਣਾ ਜਦੋਂ ਪ੍ਰੋਸੈਸ ਸਟਾਰਟ ਕੀਤਾ ਟੂ ਗੈਟ ਕੰਪਲੀਟ ਇੰਡੀਪੈਂਡੈਂਸ ਫੋਰ ਸਾਊਥ ਅਫਰੀਕਾ ਐਂਡ ਡੈਮੋਕਰੇਟਿਕ ਪ੍ਰੋਸੈਸ ਟੂ ਬੀ ਰੀਸਟਾਰਟਡ ਔਰ ਸਟਾਰਟਡ ਅਫਰੈਸ਼, ਅਤੇ ਉਹਦੇ 'ਚ ਪੱਤਰਕਾਰਾਂ ਨੇ ਪੁੱਛਿਆ ਕਿ ਜਿਹੜਾ ਤੁਹਾਡੇ ਨਾਲ ਇੰਨਾ ਤਸ਼ੱਦਦ ਹੋਇਆ, ਇੰਨਾ ਮੈਂਟਲ ਟੋਰਚਰ ਹੋਇਆ, ਜਿਨ੍ਹਾਂ ਨੇ ਕੀਤਾ, ਕਿ ਇਹਦੀ ਕੋਈ ਅਕਾਊਂਟੇਬਿਲਟੀ ਕਰੋਗੇ? ਉਹ ਕਹਿੰਦਾ, ਉਹਨੇ ਸਮਾਈਲ ਜਿਹਾ ਕਰਕੇ ਹੱਸ ਕੇ ਜਵਾਬ ਦਿੱਤਾ, ਕਹਿੰਦਾ ਜੀ ਉਹ ਜੋ ਕਰ ਰਹੇ ਸੀਗੇ ਨਫ਼ਰਤ ਦੀ ਪੋਲੀਟਿਕਸ ਅਤੇ ਭਾਵਨਾ, ਉਹਨਾਂ ਨੇ ਆਪਣਾ ਕੰਮ ਕੀਤਾ। ਜੇ ਮੈਂ ਨਫ਼ਰਤ ਦੀ ਪੋਲੀਟਿਕਸ ਵਿੱਚ ਪੈ ਗਿਆ ਤਾਂ ਮੈਂ ਤਾਂ ਉਹਨਾਂ ਦੇ ਅਤੇ ਮੇਰੇ ਵਿੱਚ ਕੋਈ ਅੰਤਰ ਨਹੀਂ, ਮੈਂ ਆਪਣਾ ਕੰਮ ਕਰਨ ਚੱਲਿਆ, ਮੈਂ ਆਪਣੇ ਸਾਊਥ ਅਫਰੀਕਾ ਨੂੰ ਲੀਹਾਂ 'ਤੇ ਲੈ ਕੇ ਆਉਣਾ। ਉਹਨੂੰ ਉਸ ਵਕਤ ਪਾਣੀ ਨਹੀਂ ਸੀ ਪੀਣ ਵਾਲਾ, ਉਸ ਵੇਲੇ ਪਿੰਡਾਂ 'ਚ ਸੜਕਾਂ ਨਹੀਂ ਸੀਗੇ, ਸਕੂਲ ਨਹੀਂ ਸੀ, ਹਾਲਾਂਕਿ ਸਾਊਥ ਅਫਰੀਕਾ ਇਜ਼ ਵਨ ਆਫ ਦਾ ਰਿਚੈਸਟ ਕੰਟਰੀਜ਼, ਇਟ ਹੈਜ਼ ਗੋਲਡ ਮਾਈਨਸ ਬਿਲੋ, ਔਰ ਉਹਨਾਂ ਨੂੰ ਗੁਲਾਮੀ ਕੱਟਣੀ ਪਈ 300-400 ਸਾਲ। ਤਾਂ ਮੈਂ ਕਹਿੰਦਾ ਕਿ ਉਸ ਬੰਦੇ ਨੇ ਕਿਹਾ ਮੈਂ ਨਫ਼ਰਤ ਦੀ ਭਾਵਨਾ ਕੰਮ ਹੀ ਨਹੀਂ ਕਰਨਾ। ਜਿਹੜੇ ਬੰਦੇ ਨੇ ਇੰਨਾ ਕੱਟਿਆ ਹੋਵੇ, ਤਾਂ ਮੈਂ ਕਿਹਾ ਆਪਾਂ ਤਾਂ ਚਲੋ 2-4 ਵਾਰੀ ਗਏ ਹਾਂ ਜੇਲ੍ਹ 'ਚ, ਅਤੇ ਨਫ਼ਰਤ ਦੀ ਭਾਵਨਾ ਤੋਂ ਇੱਕ ਮਿੰਟ ਪਿੱਛੇ ਹਟ ਕੇ ਉੱਤੇ ਕਰਕੇ ਕਿਤੇ। ਸੋ ਹੋ ਸਕਦਾ ਮੇਰੇ ਕਹਿਣ ਨਾਲ, ਪਰ ਮੈਂ ਕੋਈ ਕੰਟੈਂਟ ਆਪਣੀ ਪੋਲੀਟਿਕਸ ਦਾ ਨਹੀਂ ਛੱਡਿਆ, ਉਹ ਨਹੀਂ ਛੱਡਿਆ। ਮੈਂ ਤਾਂ ਬਈ ਸਵਾਲ ਤੁਹਾਡੇ ਤੋਂ ਲੈਣਾ ਚਾਹੂੰਗਾ, ਜਿਸ ਤਰ੍ਹਾਂ ਦੇ ਨਾਲ ਖਹਿਰਾ ਸਾਹਿਬ ਨੇ ਵੀ ਗੱਲ ਕਰੀ ਹੈ ਕਿ ਪੰਜਾਬ ਦੇ ਵਿੱਚ ਆ ਕੇ ਹਰਿਆਣਾ ਦੇ ਡਰੋਨ ਲਗਾਤਾਰ ਜਿਹੜੇ ਹੈਗੇ ਉਹ ਅਥਰੂ ਗੈਸ ਦੇ ਗੋਲੇ ਬਹਾਉਂਦੇ ਰਹੇ, ਕਾਨੂੰਨ, ਕਿਉਂਕਿ ਤੁਸੀਂ ਖੁਦ ਐਡਵੋਕੇਟ ਹੋ, ਮੈਂ ਤਾਂ ਸਵਾਲ ਲੈਣ ਤੋਂ, ਕਾਨੂੰਨ ਕੀ ਕਹਿੰਦਾ ਕਿ ਜਿਸ ਤਰ੍ਹਾਂ ਦੇ ਨਾਲ ਹਰਿਆਣੇ ਦਾ ਜੋ ਦਿਲ ਕਰੇ ਉਹ ਪੰਜਾਬ ਦੀ ਟੈਰੀਟਰੀ ਦੇ ਵਿੱਚ ਆ ਕੇ ਕਰੇ? ਕਾਨੂੰਨ ਬੜਾ ਕਲੀਅਰ ਹੈ ਜੀ, ਆਈ ਥਿੰਕ ਮੇਰੇ ਡੈਡ ਨੇ ਵੀ ਕਾਫੀ ਕਲੀਅਰ ਕਰਤਾ, ਪੰਜਾਬ ਦੀ ਧਰਤੀ 'ਤੇ ਆ ਕੇ ਜੇ ਕੋਈ ਕ੍ਰਿਮੀਨਲ ਐਕਟ ਕਰਦਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ, ਉਹ 'ਤੇ ਪਰਚਾ ਦਰਜ ਹੋਊਗਾ। ਲੋਅ ਇਜ਼ ਵੈਰੀ ਕਲੀਅਰ, ਇੱਥੇ ਕੋਈ ਕੌਨਫਲਿਕਟ ਆਫ ਲੋਅ ਨਹੀਂ ਹੈ। ਜਦੋਂ ਤੁਸੀਂ ਪੰਜਾਬ ਦੀ ਟੈਰੀਟਰੀ 'ਤੇ ਆ ਕੇ ਕਿਸਾਨਾਂ ਨਾਲ ਜੋ ਇਹਨਾਂ ਨੇ ਕੀਤਾ ਡਰੋਨ ਰਾਹੀਂ, ਇਹਨਾਂ ਨੇ ਜੋ ਆਪਣੇ ਗੈਸ ਦੇ ਉਹ ਛੱਡੇ, ਬਿਲਕੁਲ। ਸੋ ਉਹ ਆਈ ਥਿੰਕ ਐਫ ਆਈ ਆਰ ਬਣਦੀ ਹੈ, ਜੇ ਜਿਨ੍ਹਾਂ ਦੇ ਸੱਟਾਂ ਵੱਜੀਆਂ 326 ਦੇ ਪਰਚੇ ਹੋਣੇ ਚਾਹੀਦੇ ਆ। ਜਿੱਦਾਂ ਇਹਨਾਂ ਨੇ ਦੱਸਿਆ, ਜਦੋਂ ਇੱਕ MLR ਇੱਕ ਹੋਸਪਿਟਲ ਕੱਟ ਦਿੰਦਾ, ਬਿਲਕੁਲ, ਉਹਦੇ 'ਚ ਲਿਖਿਆ ਜਾਂਦਾ ਕਿ ਸੋ ਐਂਡ ਸੋ ਇੰਜਰੀਜ਼ ਵਿਦ ਐਕਸ ਵਾਈ ਜ਼ੈਡ ਵੈਪਨ ਜੀ, ਉਹ ਆਟੋਮੈਟਿਕਲੀ ਉਹ MLR ਜਿਹੜੀ ਉਹ ਥਾਣੇ ਜਾਂਦੀ ਹੈ ਔਰ ਐਫ ਆਈ ਆਰ ਦਰਜ ਹੁੰਦੀ ਹੈ ਆਰਡਨਰੀ ਕੋਰਸ ਵਿੱਚ। ਔਰ ਜੇ ਪੰਜਾਬ ਵਿੱਚ ਆ ਕੇ ਇਹਨਾਂ ਨੇ ਇੱਦਾਂ ਕੀਤਾ ਵਿਚ ਇਜ਼ ਵੈਰੀ ਐਵੀਡੈਂਟ, ਅਤੇ ਐਫ ਆਈ ਆਰ ਹੁਣ ਤੱਕ ਤਾਂ ਹੋ ਜਾਣੀ ਚਾਹੀਦੀ ਸੀ। ਸੋ ਇੱਥੋਂ ਕਲੀਅਰ ਹੈ ਕਿ ਇਹ ਭਗਵੰਤ ਮਾਨ ਜਿਹੜੇ ਇਹਨਾਂ ਦੀ ਸਰਕਾਰ ਹੈ ਸੋਫਟ ਹੈ, ਜੋ ਕਿਸਾਨਾਂ 'ਤੇ ਅਤਿਆਚਾਰ ਹੋਇਆ ਉਹਨਾਂ ਦੇ ਪੱਖ 'ਚ ਬੋਲਦੇ ਆ। ਅੰਮ੍ਰਿਤਪਾਲ ਅਤੇ NSA ਲੱਗਦਾ ਤੁਸੀਂ ਹੱਕ 'ਚ ਬੋਲਦੇ ਹੋ, ਪਰ ਤੁਹਾਡੀ ਪਾਰਟੀ ਦੇ ਪ੍ਰਧਾਨ ਵਿਧਾਨ ਸਭਾ 'ਚ ਖੜ ਕੇ ਜਦੋਂ ਉਹ ਐਕਟ ਕਰ ਰਹੇ ਸੀ ਪੰਜਾਬ 'ਚ, ਤਾਂ ਇਹ ਕਹਿੰਦੇ ਸੀ ਕਿ ਇਹਨਾਂ 'ਤੇ ਕਾਰਵਾਈ ਕਦੋਂ ਕਰੋਗੇ, ਇਹਨਾਂ ਦੇ ਉੱਤੇ ਸਖਤੀ ਕਦੋਂ ਕਰੋਗੇ, ਤੁਸੀਂ ਉਹਨਾਂ ਦੇ ਹੱਕ 'ਚੋਂ ਇਹ ਫਿਰ ਕਿਵੇਂ? ਬਿਲਕੁਲ ਠੀਕ ਹੈ, ਇਹ ਜਦੋਂ ਅਰੈਸਟ ਹੁੰਦਾ ਨਾ ਅੰਮ੍ਰਿਤਪਾਲ ਸਿੰਘ ਵਗੈਰਾ, ਇਹ ਸ਼ਾਇਦ 18 ਮਾਰਚ ਨੂੰ ਅਰੈਸਟ ਹੁੰਦੇ ਨੇ 2023 'ਚ ਜੀ, 20 ਮਾਰਚ ਨੂੰ ਇੱਕ ਦਿਨ ਦਾ ਸੈਸ਼ਨ ਬਕਾਇਆ ਸੀਗਾ, ਉਹ ਇੱਕ ਦਿਨ ਦੇ ਸੈਸ਼ਨ ਵਾਸਤੇ 19 ਤਰੀਕ ਨੂੰ ਅਸੀਂ ਫਿਰ ਸਾਰੇ ਬੈਠੇ ਉੱਥੇ। ਰੂਟੀਨ ਇੱਕ ਦੇਖੋ ਨੋਰਮਲ ਕੀ ਹੈ ਕਿ ਜਿਹੜੀ ਨੈਸ਼ਨਲ ਪਾਰਟੀਜ਼ ਆ ਨਾ, ਉਹਨਾਂ ਨੂੰ ਐਂ ਲੱਗਦਾ ਵਾ ਕਿ ਅਸੀਂ ਜਦੋਂ ਨੈਸ਼ਨਲਿਜ਼ਮ ਦੀ ਗੱਲ ਜ਼ਿਆਦਾ ਕਰਾਂਗੇ, ਰਾਸ਼ਟਰਵਾਦ ਦੀ ਗੱਲ ਕਰਾਂਗੇ, ਸ਼ਾਇਦ ਸਾਡੀ ਲੀਡਰਸ਼ਿਪ ਅਤੇ ਲੋਕ ਜਿਹੜੇ ਉਹ ਜ਼ਿਆਦਾ ਸਾਨੂੰ ਪਸੰਦ ਕਰਨਗੇ। ਅਤੇ ਉਹਨਾਂ ਨੇ ਸਾਰਿਆਂ ਨੇ ਇਹੀ ਡਿਮਾਂਡ ਰੱਖੀ, ਅੰਦਰਲੀ ਡਿਸਕਸ਼ਨ ਕਹਿ ਰਿਹਾ, ਸਾਰਿਆਂ ਨੇ ਲਗਭਗ ਮਜੋਰਿਟੀ ਨੇ ਇਹ ਕਿਹਾ। ਅਤੇ ਫਿਰ ਲਾਸਟ ਵਿੱਚ ਮੈਂ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਕਿਹਾ ਜੀ ਮੈਂ ਕੁਛ ਕਹਾਂ, ਮੇਰੀ ਰਾਏ ਤੁਹਾਡੇ ਸਾਰਿਆਂ ਦੇ ਉਲਟ ਆ,
ਕਹਿੰਦੇ ਕਿਉਂ? ਮੈਂ ਕਿਹਾ ਪਹਿਲੀ ਗੱਲ ਤਾਂ ਤੁਸੀਂ ਇਹ ਸਮਝੋ ਕਿ NSA ਤੇ ਟਾਡਾ ਤੇ ਯੂਆਪਾ ਦੀਜ਼ ਆਰ ਡਿਕਲੇਅਰਡ ਬਲੈਕ ਲਾਜ਼ ਆਫ ਦਾ ਵਰਲਡ। ਔਰ ਜਦੋਂ ਕਾਂਗਰਸ ਨੇ ਵੀ ਇਹਨੂੰ ਮਿਸਯੂਜ਼ ਕੀਤਾ ਕਿਸੇ ਵੇਲੇ ਟਾਡਾ ਦਾ, ਉਹਦੇ ਬਾਅਦ 'ਚ ਇਹਨਾਂ ਨੇ ਪਾਰਲੀਮੈਂਟ ਵਿੱਚ ਟਾਡਾ ਨੂੰ ਸਕ੍ਰੈਪ ਕੀਤਾ ਮਗਰਲੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ, ਖਤਮ ਕਰਤਾ ਵੀ ਇਹਨੂੰ। ਇਹ ਤਾਂ ਹੁਣ ਆਣ ਕੇ ਦੁਬਾਰਾ ਰਿਵਾਈਵ ਕੀਤਾ ਯੂਆਪਾ ਵਗੈਰਾ BJP ਨੇ। ਅਤੇ ਮੈਂ ਕਿਹਾ ਜੀ ਪਹਿਲੀ ਗੱਲ ਤਾਂ ਇਹ ਕਾਨੂੰਨ ਹੀ ਇਸ ਤਰ੍ਹਾਂ ਦਾ ਡਰਾਉਣਾ, ਅੰਗਰੇਜ਼ਾਂ ਟਾਈਪ ਦਾ ਡ੍ਰੈਕੋਨੀਅਨ, ਅਤੇ ਇਹਦਾ ਤਾਂ ਤੁਸੀਂ ਜੇ ਸਪੋਰਟ ਕਰੋਗੇ ਇਹ ਡੋਂਟ ਐਵਰ ਬੀ ਮਿਸਲੈਡ, ਇਹ ਕੱਲ੍ਹ ਨੂੰ ਤੁਹਾਡੇ ਪੋਲੀਟੀਕਲ ਬੰਦਿਆਂ 'ਤੇ ਵੀ ਇਸਤੇਮਾਲ ਹੋਵੇਗਾ। ਔਰ ਉਹ ਦਿਨ ਦੂਰ ਨਹੀਂਗਾ ਕਿ ਉਹ ਜਿੱਦਾਂ ਦਾ ਵਾਤਾਵਰਨ ਦੇਸ਼ ਵਿੱਚ ਚੱਲ ਰਿਹਾ NSA ਪੋਲੀਟੀਕਲ ਬੰਦਿਆਂ 'ਤੇ ਵੀ ਲੱਗੇਗਾ। ਔਰ ਮੇਰੇ ਪਿਤਾ ਜੀ ਨੇ ਤਾਂ ਆਪ ਹੰਡਾਇਆ ਸੀ, ਅਸੀਂ ਤਾਂ ਹੰਡਾਇਆ ਹੋਇਆ NSA, ਉਹਨਾਂ ਦੇ 5-6 ਵਾਰੀ ਡਿਟੈਂਸ਼ਨਸ ਹੋਈਆਂ। ਹੀ ਵਾਜ਼ ਟੇਕਨ ਟੂ ਤ੍ਰਿਪੁਰਾ ਇਨ ਅਗਰਤਲਾ ਜੇਲ੍ਹ, ਉਹਨਾਂ ਨੂੰ ਹਜ਼ਾਰੀਬਾਗ ਰੱਖਿਆ ਗਿਆ, ਤਿਹਾੜ ਜੇਲ੍ਹ ਰੱਖਿਆ ਗਿਆ, ਡਿਟੈਂਸ਼ਨ ਸਕੁਆਸ਼ ਵੀ ਹੋਈਆਂ ਸਾਡੀਆਂ 2 ਵਾਰੀ। ਤਾਂ ਮੈਂ ਉਹਨਾਂ ਨੂੰ ਕਨਵਿੰਸ ਕੀਤਾ। ਔਰ ਦੂਜੀ ਗੱਲ, ਮੈਂ ਉਹਨਾਂ ਨੂੰ ਪਿਆਰ ਨਾਲ ਰਿਕੁਐਸਟ ਕੀਤੀ ਕਿ ਦੇਖੋ ਅੰਮ੍ਰਿਤਪਾਲ ਦਾ ਕਸੂਰ ਆਪਾਂ ਗਿਣੀਏ ਕੀ ਹੈ, NSA ਲੱਗਣੀ ਚਾਹੀਦੀ ਆ ਦੇਸ਼ ਧਰੋਹ ਕਿ ਇਹ ਮੁਲਕ ਨੂੰ ਤੋੜ ਦੇਣ ਲੱਗਿਆ ਵਾ। ਉਹ ਤਾਂ ਪ੍ਰਚਾਰ ਕਰ ਰਿਹਾ ਵਾ ਪਹਿਲਾਂ ਨਸ਼ਿਆਂ ਦੇ ਖਿਲਾਫ਼, ਦੂਜਾ ਪ੍ਰਚਾਰ ਉਹਦਾ ਸੀਗਾ ਕਿ ਸਿੱਖੀ ਦੇ ਨਾਲ ਜੁੜੋ, ਬਾਣੀ ਦੇ ਨਾਲ ਜੁੜੋ, ਅੰਮ੍ਰਿਤ ਪ੍ਰਚਾਰ। ਹਾਂ, 1-2 ਗਲਤੀਆਂ ਹੋਈਆਂ ਉਹਦੇ ਤੋਂ, ਇੱਕ ਅਜਨਾਲੇ ਵਾਲੀ ਅਤੇ ਇੱਕ ਜਲੰਧਰ ਦੇ ਗੁਰਦੁਆਰੇ 'ਚ ਕੋਈ ਕੁਰਸੀਆਂ। ਨੋ, ਦੈਟ ਵਾਜ਼ ਅ ਸਮਾਲ ਕ੍ਰਾਈਮ। ਅਗਰ ਅਜਨਾਲੇ ਪੁਲਿਸ ਸਟੇਸ਼ਨ 'ਚ ਕੋਈ ਗੱਲ ਹੋਈ ਆ, ਤੁਸੀਂ 307 ਲਾਓ, ਤੁਸੀਂ 452 ਲਾਓ, ਤੁਸੀਂ 506 ਲਾਓ, ਹੋਰ ਇੰਟੀਮੀਡੇਸ਼ਨ ਦੀਆਂ ਲਾਓ, ਟ੍ਰਾਇਲ ਤਾਂ ਉਹਦੀ ਪੰਜਾਬ 'ਚ ਕਰੋ। ਹੁਣ NSA ਲੱਗੀ ਆ, ਅੰਦਰ ਕੋਰ ਇਸ਼ੂ ਹੈਗਾ ਕਿ ਮੇਨ ਸਟ੍ਰੀਮ ਮੀਡੀਆ ਨੇ ਉਹਨੂੰ ਇੱਦਾਂ ਜਿੱਦਾਂ ਖਾਲਿਸਤਾਨੀ ਬਣਾਤਾ ਸੀਗਾ। ਮੇਰਾ ਨਹੀਂ ਖਿਆਲ ਉਹਨੇ ਆਪਣੇ ਮੂੰਹੋਂ ਖਾਲਿਸਤਾਨ ਮੰਗਿਆ, ਐਜ਼ ਫਾਰ ਐਜ਼ ਆਈ ਕੁਡ ਸੀ ਹਿਮ, ਉਹਨੂੰ ਬਣਾ ਕੇ ਪੇਂਟ ਕਰਕੇ ਇੱਕ ਤਸਵੀਰ ਉਭਾਰ ਕੇ ਅਤੇ ਦਿੱਲੀਓਂ ਇਹਨਾਂ ਨੂੰ ਹੁਕਮ ਆਏ ਨੇ ਅਤੇ ਇਹਨਾਂ ਨੇ ਲਾਗੂ ਕਰਤੇ। ਕੇਜਰੀਵਾਲ ਨੇ ਆਪ ਕਿਹਾ ਵਾ ਕਿ ਦਿੱਲੀ ਨੇ ਹਮਾਰੀ ਸਪੋਰਟ ਮੰਗੀ, ਹਮਨੇ ਦੀ ਹੈ, ਅਗਰ ਉਹ ਦਿੱਲੀ ਮੇਂ ਵੀ ਮੰਗੇ ਪੰਜਾਬ ਮੇਂ ਦੀ ਹੈ, ਅਗਰ ਦਿੱਲੀ ਮੇਂ ਮੰਗੇ ਹਮ ਦਿੱਲੀ ਮੇਂ ਵੀ ਦੇਂਗੇ। ਸੋ ਦੈਟ ਇਟ ਵਾਜ਼ ਅ ਜੁਆਇੰਟ ਓਪਰੇਸ਼ਨ। ਤੋ ਇਹ ਜਿਹੜਾ NSA ਲਾਉਣਾ, ਫਿਰ ਉਹ ਮੇਰੀ ਪਾਰਟੀ ਵਾਲੇ ਕਾਫੀ ਹੱਦ ਤੱਕ ਦੇ ਅੰਡਰਸਟੂਡ ਦਾ ਮੈਸੇਜ। ਮੈਂ ਕਿਹਾ ਜੇ ਆਪਾਂ ਪੰਜਾਬ 'ਚ ਰਹਿਣਾ ਵਾ ਅਤੇ ਜੇ ਆਪਾਂ ਸਿੱਖਾਂ ਦੀ ਗੱਲ ਜਾਂ ਸਿੱਖਾਂ 'ਤੇ ਹੋ ਰਹੇ ਕਿਸੇ ਤਰ੍ਹਾਂ ਦੇ ਤਸ਼ੱਦਦ ਦੀ ਗੱਲ ਨਹੀਂ ਕਰਾਂਗੇ ਤਾਂ ਫਿਰ ਸਿੱਖ ਆਪਾਂ ਨੂੰ ਕਿਉਂ ਵੋਟ ਪਾਉਣਗੇ? ਤੁਸੀਂ ਜੇ ਇੱਕ ਵਰਗ ਦੀ ਗੱਲ ਹੀ ਕਰੋ। ਔਰ ਮੈਂ ਕਦੋਂ ਕਹਿੰਦਾ ਵਾਂ ਕਿ ਅਸੀਂ ਕਿਸੇ ਹੋਰ ਵਰਗ ਦੇ ਉਲਟ ਬੋਲ ਰਹੇ ਹਾਂ? ਜੇ ਅਸੀਂ ਬੇਅਦਬੀ ਦਾ ਇਨਸਾਫ ਲੈਣ ਜਾਂਦੇ ਹਾਂ, ਹਿੰਦੂ ਕਿਉਂ ਬੁਰਾ ਮਨਾਉਣਗੇ? ਦੱਸੋ, ਮੈਨੂੰ ਸਮਝਾਓ, ਉਹਨਾਂ ਨੂੰ ਕੀ ਤਕਲੀਫ ਹੈ? ਦੇ ਆਰ ਮੱਚ ਵੈਲ ਵਿਸ਼ਰਸ ਐਂਡ ਫੋਲੋਅਰਸ ਆਫ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਧਰਮਾਂ ਦੀ ਬਾਣੀ ਦਰਜ ਹੈਗੀ ਆ। ਅਗਰ ਅਸੀਂ ਸ਼ੁਭ ਕਰਨ ਦਾ ਇਨਸਾਫ ਲੈਣ ਜਾਂਦੇ ਹਾਂ ਤਾਂ ਹਿੰਦੂ ਜਾਂ ਮੁਸਲਮਾਨ ਜਾਂ ਈਸਾਈ ਕਿਉਂ ਸਾਡੇ ਨਾਲ ਨਾਰਾਜ਼ ਹੋਣਗੇ? ਮੈਂ ਕਿਹਾ ਤੁਸੀਂ ਸਗੋਂ ਇਹ ਯਕੀਨ ਦਿਵਾਓ ਕਿ ਕੱਲ੍ਹ ਨੂੰ ਖੁਦਾ ਨਾ ਖਾਸਤਾ ਕਿਸੇ ਹੋਰ ਧਰਮ ਦਾ ਨਾਲ ਕਿਸੇ ਬੰਦੇ ਨਾਲ ਬੇਇਨਸਾਫ਼ੀ ਹੋ, ਆਪਾਂ ਉਹਨਾਂ ਲਈ ਵੀ ਇੱਦਾਂ ਹੀ ਲੜੀਏ ਡੱਟ ਕੇ। ਚਲੋ, ਕੋਈ ਮੌਕਾ ਨਹੀਂ ਆਇਆ, ਅਗਰ ਪਰਮਾਤਮਾ ਨਾ ਕਰੇ ਕੋਈ ਇਸ ਤਰ੍ਹਾਂ ਦਾ ਨੌਬਤ ਆਈ, ਜਿਹੜੀ ਇਨਸਾਫ਼ ਦੀ ਲੜੀ, ਦੀਜ਼ ਆਰ ਫਾਈਟ ਫੋਰ ਜਸਟਿਸ, ਦਿਸ ਇਜ਼ ਨੋਟ ਫਾਈਟ ਫੋਰ ਐਨੀ ਇੰਡੀਵਿਜੁਅਲ ਔਰ ਰਿਲੀਜਨ। ਮਤਲਬ ਸ਼ੁਭ ਕਰਨ ਨੂੰ ਮਾਰਨ ਦਾ ਕਿਸੇ ਨੂੰ ਅਧਿਕਾਰ ਨਹੀਂਗਾ, ਅਤੇ ਜੇ ਮਾਰਿਆ ਵਾ ਤਾਂ ਫਿਰ ਸਜ਼ਾ ਮਿਲਣੀ ਚਾਹੀਦੀ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਅਧਿਕਾਰ ਨਹੀਂਗਾ। ਤਾਂ ਕਰਕੇ ਮੈਂ NSA 'ਤੇ ਜੋ ਕਨਵਿੰਸ ਕੀਤਾ ਦੇ ਵੋ ਕੁਆਇਟ ਕਨਵਿੰਸਡ, ਤੁਸੀਂ ਦੇਖੋਗੇ ਹੁਣ ਆਈ ਐਮ ਕੁਆਇਟ ਸ਼ੋਰ ਕਿ ਅੱਗੇ ਨਾਲੋਂ ਥੋੜ੍ਹਾ ਫਰਕ ਹੈਗਾ। ਸਿੱਖ ਮਸਲਿਆਂ ਦਾ ਜਿਸ ਤਰ੍ਹਾਂ ਤੁਸੀਂ ਇਕੱਠੇ ਰਹਿੰਦੇ ਰਹਿੰਦੇ ਹੋ, ਜਿਹੜੇ ਇਕੱਠ ਹੁੰਦੇ ਨੇ, ਮੋਰਚੇ ਲੱਗਦੇ ਨੇ ਸਿੱਖ ਕੌਮ ਨੂੰ ਖਾਸ ਕਰ ਲੈ ਕੇ, ਉਦੋਂ ਸੁਖਪਾਲ ਸਿੰਘ ਖਹਿਰਾ ਕਾਂਗਰਸੀ ਲੀਡਰ ਦੇ ਤੌਰ 'ਤੇ ਉਹਨਾਂ ਇਕੱਠਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ ਜਾਂ ਸੁਖਪਾਲ ਸਿੰਘ ਖਹਿਰਾ ਦੇ ਤੌਰ 'ਤੇ ਸ਼ਾਮਿਲ ਹੁੰਦੇ ਨੇ? ਨਹੀਂ, ਮੇਰਾ ਖਿਆਲ ਹੈ ਮੈਨੂੰ ਲੋਕਾਂ ਨੇ ਇੰਨੀ ਕੁ ਛੋਟ ਦਿੱਤੀ ਹੋਈ ਆ ਕਿ ਜਦੋਂ ਵੀ ਮੈਂ ਕਿਸੇ ਜਗ੍ਹਾ 'ਤੇ ਜਾਣਾ, ਚਾਹੇ ਕਿਸਾਨੀ ਅੰਦੋਲਨ 'ਚ ਜਾਣਾ ਜਾਂ ਕਿਸੇ ਪੰਥਕ ਇਕੱਠ 'ਚ ਜਾਣਾ, ਉਹ ਇਹ ਸਮਝਦੇ ਕਿ ਇਹ ਆਦਮੀ ਜਿਹੜਾ ਇਹ ਪਾਰਟੀ ਦੇ ਉੱਤੇ ਉੱਠ ਕੇ ਗੱਲ ਕਰ ਰਿਹਾ ਵਾ। ਉਹ ਮੈਨੂੰ ਇਸ ਸੱਚ ਕਾਂਗਰਸੀ ਨਹੀਂ ਸਮਝਦੇ, ਪਰੰਤੂ ਫਿਰ ਵੀ ਮੈਂ ਰਿਪ੍ਰੈਜ਼ੈਂਟ ਤਾਂ ਕਾਂਗਰਸ ਨੂੰ ਕਰ ਰਿਹਾ।
ਅਗਰ ਮੈਂ ਇੱਦਾਂ ਦੀ ਗੱਲ ਜਗ੍ਹਾ 'ਤੇ ਜਾਂਦਾ ਵੀ ਹਾਂ, ਆਈ ਡੂ ਨੋਟ ਸੀ ਐਨੀਥਿੰਗ ਰੋਂਗ, ਔਰ ਮੈਨੂੰ, ਮੈਂ ਕੈਮਰੇ ਸਾਹਮਣੇ ਕਹਿ ਰਿਹਾ, ਮੈਨੂੰ ਕਦੀ ਹਾਈਕਮਾਂਡ ਨੇ ਰੋਕਿਆ ਨੀਗਾ, ਮੈਨੂੰ ਇਹ ਨਹੀਂ ਕਿਹਾ ਕਿ ਤੂੰ ਉੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਉੱਥੇ ਨਹੀਂ, ਐਂ ਨਹੀਂ ਕਰਨਾ, ਸੋ ਆਈ ਡੋਂਟ ਫੀਲ ਐਨੀ ਹਿੰਟ। ਹਾਂ, ਇਫ ਆਈ, ਮੈਂ ਕੋਈ ਬੈਰੀਅਰ ਤੋੜ ਕੇ ਕੋਈ ਇੱਦਾਂ ਦੀ ਗੱਲ ਕਰਾਂ ਇੰਟਰਨੈਸ਼ਨਲ, ਫਿਰ ਤਾਂ ਕੁਛ, ਮੇਰੀ ਲੜਾਈ ਮੋਸਟਲੀ ਇਨਜਸਟਿਸ ਦੇ ਖਿਲਾਫ ਹੈਗੀ ਆ। ਕੱਲ੍ਹ ਪਰਸੋਂ ਚੌਥ ਵੀ ਮੈਂ ਜਿਹੜਾ ਗਿਆ ਅੰਮ੍ਰਿਤਸਰ ਮੋਰਚੇ ਵਿੱਚ, ਉਹਨਾਂ ਦੀਆਂ ਔਰਤਾਂ ਬੈਠੀਆਂ ਭੁੱਖ ਹੜਤਾਲ 'ਤੇ, ਜਿਹੜਾ ਇੱਕ ਗੁਰਮੀਤ ਸਿੰਘ ਬੁੱਕਣ ਵਾਲਾ ਜਿਹੜਾ NSA ਲੱਗੀ ਆ, ਉਹਦੀ ਮਦਰ ਅੱਧੀ ਬੇਹੋਸ਼ ਪਈ ਸੀ, ਉਹਦੇ ਅੱਖਾਂ 'ਚੋਂ ਨਾ ਪਾਣੀ ਆਪਣੇ ਆਪ ਹੀ ਡਿੱਗ ਰਿਹਾ ਸੀ ਐਂ ਕਰਕੇ, ਅਤੇ ਉਹ ਅਗਰ ਉਹਨੂੰ ਕੁਛ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੈ? ਮਤਲਬ ਭਗਵੰਤ ਨੇ NSA ਲਾਤੀ, ਆਲ ਰਾਈਟ, ਤੂੰ ਮੋਦੀ ਦੇ ਕਹਿਣ 'ਤੇ, ਅਮਿਤ ਸ਼ਾਹ ਦੇ, BJP ਦੇ ਕਹਿਣ 'ਤੇ ਭੇਜਤਾ, ਓਕੇ, ਡਨ ਆ। ਪਰ ਘੱਟੋ ਘੱਟ ਜਿਹੜਾ ਹੁਣ ਮਸਲਾ ਉਹਨਾਂ ਦਾ ਉੱਠਿਆ ਕਿ ਸਾਡੇ ਨਾਲ ਜੇਲ੍ਹ ਵਿੱਚ ਮਾਨਸਿਕ ਟੋਰਚਰ ਹੋ ਰਿਹਾ, ਸਾਡੀ ਪ੍ਰਾਈਵੇਸੀ ਇਨਵੇਡ ਹੋ ਰਹੀ ਆ, ਇੰਨਾ ਤਾਂ ਇਹਦਾ ਰਾਈਟ ਹੈ ਨਾ ਪ੍ਰੋਟੈਕਟ ਕਰਨਾ, ਪਰ ਇਹ ਤੁਸੀਂ ਇੰਨਾ ਵੀ ਨਾ, ਤੁਸੀਂ ਉਹਨਾਂ ਨੂੰ ਛੱਡ ਦਿਓ ਕਿ ਮਰ ਜਾਓ, ਮਰਨਾ ਤਾਂ ਮਰ ਜਾਓ। ਔਰਤਾਂ ਬੈਠੀਆਂ ਨੇ, 45 ਬੰਦੇ ਜੇਲ੍ਹਾਂ ਦੇ ਵਿੱਚ ਅੰਮ੍ਰਿਤਸਰ ਅਤੇ ਦਿਬਰੂਗੜ੍ਹ 'ਚ ਬੈਠੇ ਆ, ਇੰਨਾ ਤਾਂ ਚੀਫ ਮਿਨਿਸਟਰ ਨੂੰ ਸੈਂਸਿਟਿਵ ਹੋ ਕੇ ਉਹਨਾਂ ਦੀ ਗੱਲ ਨੂੰ ਸਮਝਣਾ ਚਾਹੀਦਾ ਵਾ, ਔਰ ਅਸਾਮ ਦੀ ਸਰਕਾਰ ਨਾਲ ਗੱਲ ਕਰਕੇ, ਇਹ ਤਾਂ 5 ਮਿੰਟ ਦਾ ਕੰਮ ਵੀ ਨਹੀਂ ਗਾ, 5 ਮਿੰਟ ਦਾ ਕੰਮ ਹੈ ਉਹਨਾਂ ਨਾਲ ਜੋ ਕੁਛ ਉੱਥੇ ਵਿਵਹਾਰ ਹੈ ਉਹਨੂੰ ਠੀਕ ਕਰਾਉਣਾ, ਜਾਂ ਫਿਰ ਉਹਨਾਂ ਨੂੰ ਜੇਲ੍ਹ ਸ਼ਿਫਟ ਕਰਾ ਕੇ ਪੰਜਾਬ ਲੈ ਆਵੇ। ਪੰਜਾਬ, ਜਿਵੇਂ ਤੁਸੀਂ ਕਿਹਾ, ਹਾਈਕਮਾਂਡ ਨੇ ਮੈਨੂੰ ਕਦੇ ਨਹੀਂ ਰੋਕਿਆ, ਪੰਜਾਬ ਪੱਧਰ ਦੀ ਲੀਡਰਸ਼ਿਪ ਦੇ ਵਿੱਚ, ਕਾਂਗਰਸ ਲੀਡਰਸ਼ਿਪ ਦੇ ਵਿੱਚ ਕਦੇ ਵਿਰੋਧਤਾ ਹੋਈ ਸੁਖਪਾਲ ਸਿੰਘ ਖਹਿਰਾ ਦੀ ਅੰਦਰਲੇ ਅੰਦਰ? ਮੇਰਾ ਅਗੇਨ ਐਵੇਂ ਛੋਟੇ ਮੋਟੇ ਲੈਵਲ ਦੇ ਉੱਤੇ, ਕਿਉਂਕਿ ਜਿਹੜਾ ਸਾਡਾ ਥੱਲੇ ਕੇਡਰ ਹੈਗਾ ਵਾ, ਜਿਹੜਾ ਅਸਲ ਮਾਸ ਬੇਸ ਆ ਪਾਰਟੀ ਦਾ, ਉਹ ਸਾਰਾ ਸਹਿਮਤ ਆ ਕਿ ਕਿਸੇ ਵੀ ਅਨਿਆਏ ਦੇ ਖਿਲਾਫ਼ ਲੜਾਈ ਹੋਣੀ ਚਾਹੀਦੀ ਹੈ। ਜੇ ਕੱਲ੍ਹ ਨੂੰ ਕਿਸੇ ਹੋਰ ਧਰਮ ਨਾਲ, ਉੱਥੇ ਵੀ ਕਰਾਂਗੇ, ਕਿਸੇ ਦਲਿਤ ਨਾਲ ਹੋਊਗੀ ਪੱਕਾ ਜਾਵਾਂਗੇ। ਤੁਹਾਨੂੰ ਯਾਦ ਹੈ ਕਰੀ, ਇੱਕ ਦਲਿਤ ਲੜਕੀ ਨੂੰ, ਤਰਨ ਤਾਰਨ ਦੀ ਲੜਕੀ ਨੂੰ ਕੁਛ ਕੀਤਾ ਸੀਗਾ, ਬਹੁਤ ਗਾਲੀ ਗਲੋਚ, ਇਹ ਪੁਰਾਣੀ ਗੱਲ ਆ, ਅਕਾਲੀ ਦਲ ਦੇ ਵੇਲੇ ਸਰਕਾਰ ਸੀ ਸ਼ਾਇਦ 15-15 ਦੇ ਵਿੱਚ, ਉੱਥੇ ਕਿਤੇ ਕਨੈਕਟਡ ਆ, ਤਾਂ ਮੈਂ ਉਦੋਂ ਵੀ ਕਾਂਗਰਸ ਵਿੱਚ ਹੀ ਸੀਗਾ, ਤਾਂ ਆਈ ਵਾਜ਼ ਦਾ ਫਸਟ ਵਨ ਟੂ ਕੰਡੈਮ ਦੈਟ ਸੋਰਟ ਆਫ ਐਟਰੋਸਿਟੀ ਆਲਸੋ। ਜਾਂ ਮੈਨੂੰ ਹੁਣ ਇੱਕਦਮ ਯਾਦ ਨਹੀਂ ਆ ਰਿਹਾ, ਕਿਤੇ ਦਲਿਤਾਂ ਦੀ ਗੱਲ ਉੱਠਦੀ, ਮੈਂ ਜ਼ਰੂਰ ਉਹਨਾਂ ਵਾਸਤੇ ਵੀ ਕਰਨ ਨੂੰ ਵਚਨਬੱਧ ਆ ਸੀ। ਲੜਾਈ ਬੇਇਨਸਾਫੀ ਦੇ ਖਿਲਾਫ ਹੈ, ਜਿੱਦਣ ਜੇ ਇਨਸਾਫ ਦੀ ਗੱਲ ਜਿਹੜਾ ਕਰੂਗਾ ਉਹਦੇ 'ਚ ਅਸੀਂ ਉਹਦੇ ਨਾਲ ਹੈਗੇ। ਖਹਿਰਾ ਸਾਹਿਬ, ਸੰਗਰੂਰ ਤੋਂ ਕਿਉਂ ਲੜਨ ਜਾ ਰਹੇ ਹੋ? ਨਹੀਂ, ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਹੈਗਾ। ਹਾਂ, ਕੁਛ ਸੁਝਾਓ ਥੱਲਿਓਂ ਲੈ ਕੇ ਉੱਪਰ ਤੱਕ ਕੁਛ ਪਾਰਟੀ ਦੇ ਵਿੱਚ, ਬਿਕੋਜ਼ ਇਹ ਸੀਟ ਸਾਡੀ ਜਿਹੜੀ ਹੈਗੀ ਆ, ਇਹਦੇ 'ਤੇ ਕੋਈ ਸਿਟਿੰਗ MP ਨਹੀਂ ਗਾ, ਤਾਂ ਉਹਨਾਂ ਨੇ ਚਰਚਾਵਾਂ ਸ਼ੁਰੂ ਕੀਤੀਆਂ। ਮੇਰੇ ਕੁਛ ਜਿਹੜਾ ਮਨ ਦੀ ਗੱਲਾਂ ਸੀ, ਮੈਂ ਆਪਣੀਆਂ ਹਾਈਕਮਾਂਡ ਨੂੰ ਕਨਵੇ ਕੀਤੀਆਂ ਕਿ ਮੇਰੀ ਆ, ਨੋਟ ਦੈਟ ਕਿ ਮੈਂ ਭਗਵੰਤ ਤੋਂ ਡਰਦਾ ਵਾਂ, ਮੈਂ ਸਗੋਂ ਸੈਟਲ ਸਕੋਰ ਸੈਟਲ ਕਰਨਾ ਚਾਹੁੰਦਾ ਵਾਂ ਕਿ ਤੂੰ ਮੈਨੂੰ ਇੱਕ ਬਿਲਕੁਲ ਝੂਠੇ ਮੁਕੱਦਮੇ 'ਚ ਅੰਦਰ ਕੀਤਾ ਸੀ, ਜਿੱਦਣ ਜਮਾਨਤ ਹੋਈ 1-2 ਵਜੇ ਰਾਤ ਨੂੰ ਇੱਕ ਹੋਰ ਝੂਠਾ ਮੁਕੱਦਮਾ। ਮੈਂ ਤਾਂ ਲੋਕਾਂ ਨੂੰ ਹੱਥ ਜੋੜ ਕੇ ਕਹਿਣਾ ਕਿ ਮੈਨੂੰ ਤੁਹਾਡੀ ਕਚਹਿਰੀ 'ਚ ਸਿਰਫ ਇਨਸਾਫ ਮੰਗਣ ਆਇਆ, ਪਰ ਉਹਦੇ 'ਚ ਮੈਂ ਜਿਹੜੀਆਂ 1-2 ਇਸ਼ੂਜ਼ ਮੇਰੇ ਹੈਗੇ ਆ, ਜਿਹਦੇ 'ਚ ਮੇਰੀ ਸਿੱਖ ਇੰਟਰਸਟ ਜਾਂ ਜਿਹੜੀ ਮੁਸਲਿਮ ਵੋਟ ਹੈ ਉਹਦਾ ਕਲੈਸ਼ ਹੋ ਰਿਹਾ ਕਿਤੇ, ਉਹ ਮੈਂ ਗੱਲ ਆਪਣੀ ਪਾਰਟੀ 'ਚ ਰੱਖੀ ਹੈ, ਬਾਕੀ ਦੇਖਦੇ ਹਾਂ ਹਲੇ ਹੁਣ ਕੀ ਹੋਊਗਾ ਪਾਰਟੀ ਕੀ ਕਹਿੰਦੀ ਹੈ। ਮੈਂ ਵੈਸੇ ਲੋਕ ਸਭਾ ਆਪ ਲੜਨ ਬਜ਼ਾਤੇ ਖੁਦ ਤਿਆਰ ਚਾਹੁੰਦਾ ਨੀਗਾ, ਮੈਂ ਸਿਟਿੰਗ MLA ਹਾਂ, ਮੈਂ ਪੰਜਾਬ ਦੀ ਗੱਲ ਕਰ ਰਿਹਾ, ਮੈਂ ਕੋਈ ਬਹੁਤ ਜ਼ਿਆਦਾ ਟ੍ਰੇਨਡ ਨੈਸ਼ਨਲ ਲੀਡਰ ਵੀ ਹੈ ਨੀਗਾ। ਨਹੀਂ, ਪਾਰਟੀ ਤਾਂ ਚਾਹੁੰਦੀ ਹੋਊ, ਕਿਉਂਕਿ ਪਾਰਟੀ ਨੂੰ ਇਹ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਮਾਹੌਲ ਚੱਲ ਰਿਹਾ, ਚਾਹੇ ਰਾਜਾ ਵੜਿੰਗ 'ਤੇ ਹੋਵੇ, ਚਾਹੇ ਬਾਕੀ ਲੀਡਰਾਂ 'ਤੇ ਹੋਵੇ, ਕਿ ਉਹ ਸਰਕਾਰ ਤੋਂ ਇੱਕ ਹਿਸਾਬ ਨਾਲ ਡਰ ਕੀ ਚੱਲ ਰਿਹਾ, ਕੋਈ ਤਾਂ ਉਹ ਬੱਸਾਂ ਦੀ ਗੱਲ ਕਰ ਦਿੰਦੇ ਆ ਭਗਵੰਤ ਮਾਨ, ਕਿਤੇ ਕੋਈ ਹੋਰ ਗੱਲਾਂ ਲੈ ਆਉਂਦੇ ਆ, ਵੀ ਇੱਕ ਸੁਖਪਾਲ ਖਹਿਰਾ ਵੀ ਜਿਹਨੂੰ ਉਤਾਰ ਸਕਦੇ ਆ, ਪਾਰਟੀ ਤਾਂ ਜ਼ੋਰ ਆਉਂਦੀ ਹੋ। ਮੈਂ ਤਾਂ ਹੀ ਤੁਹਾਨੂੰ ਕਿਹਾ ਨਾ, ਕੁਛ ਸੁਝਾਓ ਹੈਗੇ ਨੇ, ਹਲੇ ਮੈਂ ਬਹੁਤ ਖੁੱਲ੍ਹ ਕੇ, ਪ੍ਰੀਮੈਚੋਰ ਸਟੇਜ ਹੈਗੀ ਆ, ਉਹਦੇ ਬਾਰੇ ਨਹੀਂ ਕਹਿਣਾ ਚਾਹੁੰਦਾ। ਬਾਕੀ ਮੇਰੇ ਪਾਰਟੀ ਦੇ ਕੁਲੀਗਸ ਨੇ ਮੇਰੇ ਜੇਲ੍ਹ ਦੇ ਦੌਰਾਨ ਕਾਫੀ ਸਾਥ ਦਿੱਤਾ, ਮੈਂ ਤਾਂ ਆਪਦੇ ਨਾਲ ਇੱਥੇ ਘਰਾਂ 'ਚ ਵੀ ਆਣ ਕੇ ਜਿੰਨਾ ਕਰ ਸਕਦੇ ਸੀ, ਕੁਛ ਲਿਮਿਟੇਸ਼ਨਸ ਹੁੰਦੀਆਂ ਕਿਉਂਕਿ ਪੋਲੀਟਿਕਸ ਬਹੁਤ ਡੇਂਜਰਸ ਹੋ ਗਈ ਹੈ।
ਮਤਲਬ ਪੋਲਿਟਿਕਸ ਸਟਾਰਟਡ ਇਨਵੋਲਵਿੰਗ ਯੋਰ ਫੈਮਿਲੀ ਮੈਂਬਰਸ ਯੋਰ ਲੇਡੀਜ਼ ਹੁਣ ਉਹ ਜਿਹੜਾ ਭਾਰਤ ਭੂਸ਼ਣ ਆਸ਼ੂ ਆ ਉਹਦੇ 'ਚ ਜਿਹੜਾ ਈਡੀ ਨੇ ਉਹਦਾ ਕੇਸ ਚੱਕਿਆ ਉਹੀ ਜਿਹੜਾ ਇਹਨਾਂ ਨੇ ਬਣਾਇਆ ਈਡੀ ਚੱਕ ਲੈਂਦੀ ਕੇਸ ਉਹਦੇ 'ਚ ਪ੍ਰੋਬੇਬਲੀ ਉਹਦੀ ਵਾਈਫ ਨੂੰ ਵੀ ਕਿਤੇ ਉਹਦੀ ਜਿਮਨੀ ਪਾ ਰੱਖੀ ਉਹਦੇ 'ਚ ਸੋ ਹਰ ਆਦਮੀ ਜਿਹੜਾ ਬਾਇੱਜ਼ਤ ਬੰਦਾ ਉਹਨੂੰ ਲੱਗਦਾ ਵਾ ਮਤਲਬ ਮੈਂ ਨਹੀਂ ਕਹੂੰਗਾ ਕਿ ਐਵੇਂ ਧੱਕੇ ਨਾਲ ਮੂਹਰੇ ਛਾਤੀ ਖਿਲਾਰ ਕੇ ਅਤੇ ਜੇਲ੍ਹ ਜਾਣ ਦਾ ਕੋਈ ਬਹੁਤ ਜ਼ਿਆਦਾ ਤੁੱਕ ਬਣਦੀ ਹਾਂ ਜੇ ਤੁਹਾਡੇ 'ਤੇ ਉਹ ਕਰਦੇ ਨੇ ਫਿਰ ਉਹਨੂੰ ਚੱਲਣ ਦਾ ਥੋੜ੍ਹਾ ਜਿਹਾ ਤਰੀਕੇਕਾਰ ਹੈ ਜ਼ਰੂਰ ਕਿ ਆਪਾਂ ਘਬਰਾਉਣਾ ਨੀਗਾ ਤਾਂ ਜੇਲ੍ਹ ਤੋਂ ਬਾਹਰ ਆਣ ਕੇ ਵੀ ਅਗਰ ਨੋਰਮਲ ਕੋਰਸ ਵਿੱਚ ਤੁਸੀਂ ਇੰਡੀਆ ਦੀ ਗੱਲ ਕਰ ਲਿਆ ਪੰਜਾਬ ਦੀ ਨਹੀਂ ਜਿਹੜੇ ਬੰਦੇ ਕੋਈ ਕਰਪਸ਼ਨ ਸਕੈਂਡਲ ਵਗੈਰਾ ਵਿੱਚ ਅੰਦਰ ਜਾਂਦੇ ਨੇ ਉਹ ਬਾਹਰ ਆਣ ਕੇ ਫਿਰ ਬੋਲਦੇ ਨੇ ਕਿ ਬਿਲਕੁਲ ਦੇ ਆਰ ਕੈਮਰਾ ਸ਼ਾਏ ਪਰ ਮੈਂ ਜਦੋਂ ਦਾ ਵੀ ਆਇਆ ਮੇਰੇ ਖਿਆਲ ਮੈਂ ਕੋਈ ਵੀ ਜਿਹੜੇ ਮੀਡੀਆ ਹਾਊਸ ਨੇ ਮੈਨੂੰ ਅਪਰੋਚ ਕੀਤਾ ਮੈਂ ਕਦੀ ਕਿਸੇ ਨੂੰ ਇੰਟਰਵਿਊ ਦੇਣ ਤੋਂ ਜਾਂ ਜ਼ਮੀਨੀ ਪੱਧਰ 'ਤੇ ਜਾਣ ਤੋਂ ਕਦੀ ਗੁਰੇਜ਼ ਨਹੀਂ ਕੀਤਾ ਤਾਂ ਮੈਂ ਆਪਣੀ ਗੱਲ ਕਹਿ ਰਿਹਾ ਕਿਉਂਕਿ ਮੇਰੀ ਕੌਨਸ਼ੀਅੰਸ ਸਾਫ਼ ਆ ਮੈਨੂੰ ਪਤਾ ਵਾ ਕਿ ਮੈਂ ਕੁਛ ਗਲਤ ਨਹੀਂ ਕੰਮ ਕੀਤਾ ਮੈਨੂੰ ਅੰਦਰੋਂ ਸਟਰੈਂਥ ਮਿਲਦੀ ਆ ਪਲੱਸ ਫਿਰ ਜਿਹੜੀ ਵਾਹਿਗੁਰੂ ਦੀ ਕਿਰਪਾ ਨਾਲ ਲੋਕਾਂ ਦੀ ਕਚਹਿਰੀ 'ਚ ਤੁਹਾਨੂੰ ਸਪੋਰਟ ਮਿਲਦੀ ਹੈ ਹੁਣ ਕਿਸਾਨੀ ਅੰਦੋਲਨ ਵਿੱਚ ਮੈਂ ਜਿੱਦਣ ਗਿਆ ਉੱਦਣ ਮੇਰੀ ਬਹੁਤ ਇੱਜ਼ਤ ਕੀਤੀ ਕਿਸਾਨਾਂ ਨੇ ਮੈਨੂੰ ਟਰੈਕਟਰ 'ਤੇ ਚੜਾਇਆ ਮੇਰੇ ਫੋਟੋਆਂ ਖਿਚਾਈਆਂ ਮੈਨੂੰ ਐਨ ਅੱਗੇ ਤੱਕ ਲੈ ਗਏ ਫਰੰਟ ਲਾਈਨ ਤੱਕ ਸੋ ਮੈਂ ਉੱਥੇ ਨਹੀਂ ਜ਼ਿਆਦਾ ਖੜ ਸਕਦਾ ਕਿਉਂਕਿ ਟੇਅਰ ਗੈਸ ਚੱਲਣੀ ਸੌਖੀ ਨਹੀਂ ਗਈ ਮਤਲਬ ਚੰਗਾ ਸਾਹ ਰੁਕਦਾ ਸੀਗਾ ਅੱਖਾਂ 'ਚੋਂ ਪਾਣੀ ਬਾਹਰ ਆਉਂਦਾ ਸੀਗਾ ਤੋ ਇਸ ਤਰ੍ਹਾਂ ਨਾਲ ਚੱਲੀ ਜਾਂਦਾ ਸਾਰਾ ਜਿਸ ਤਰ੍ਹਾਂ ਮਨਿੰਦਰ ਨੇ ਕਿਹਾ ਕਿ ਤੁਸੀਂ ਬੇਬਾਕੀ ਦੇ ਨਾਲ ਬੋਲਦੇ ਹੋ ਬੜੇ ਲੀਡਰ ਨੇ ਜਿਹੜੇ ਕਿਸੇ ਨਾ ਕਿਸੇ ਮਸਲਾ ਜਦੋਂ ਚੁੱਪ ਕਰ ਜਾਂਦੇ ਨੇ ਜਿਵੇਂ ਜੇਕਰ ਚੈਨਲਾਂ ਦੀ ਗੱਲ ਕਰੀਏ ਵੱਖੋ ਵੱਖ ਚੈਨਲਾਂ ਨੂੰ ਬੰਦ ਕਰ ਦਿੱਤਾ ਜਾਂਦਾ ਜਾਂ ਰੀਚਾਂ ਘਟਾ ਕੇ ਉਹਨਾਂ ਨੂੰ ਤਾਂ ਚੁੱਪ ਕਰਾਤਾ ਜਾਂਦਾ ਤੁਹਾਡੇ ਤੱਕ ਵੀ ਇੱਦਾਂ ਦੀ ਅਪਰੋਚ ਹੋਈ ਹਾਲਾਂਕਿ ਜੇਲ੍ਹ ਤੁਸੀਂ ਜਾ ਰਹੇ ਹੋ ਇੱਦਾਂ ਦੀਆਂ ਅਪਰੋਚਾਂ ਕੀਤੀਆਂ ਜਾਂਦੀਆਂ ਨੇ ਚੁੱਪ ਕਰਾਉਣ ਦੇ ਲਈ ਜਾਂ ਚੁੱਪ ਕਰਨ ਦੇ ਲਈ ਨਹੀਂ ਮੇਰਾ ਖਿਆਲ ਉਹਨਾਂ ਨੂੰ ਪਤਾ ਸੀਗਾ ਕਿ ਇਹ ਮਤਲਬ ਕਿ ਕਿਸੇ ਤਰ੍ਹਾਂ ਨਾਲ ਮੈਨੂਪੁਲੇਟ ਨਹੀਂ ਕੀਤਾ ਜਾ ਸਕਦਾ ਹਾਂ ਜੇ ਮੈਨੂੰ ਪਿਆਰ ਨਾਲ ਤਾਂ ਭਾਵੇਂ ਖਰੀਦ ਲੈਂਦੇ ਪਰ ਜੇ ਤੁਸੀਂ ਕਹੋ ਕਿ ਆਹ ਬਾਂਹ ਮਰੋੜ ਕੇ ਜੇਲ੍ਹ ਰੱਖ ਕੇ ਅਤੇ ਮੇਰੀ ਜ਼ੁਬਾਨ ਬੰਦ ਕਰਾਉਂਦੇ ਇਹ ਤਾਂ ਫਿਰ ਬਹੁਤ ਵੱਡੀ ਗਲਤ ਫਹਿਮੀ 'ਚ ਇਹਨਾਂ ਨੂੰ ਫਿਰ ਸਾਡਾ DNA ਨਹੀਂ ਪਤਾ ਮੇਰੇ ਡੈਡ ਨੇ ਬਹੁਤ ਇਹ ਤੋਂ ਮੈਂ ਹੰਕਾਰ ਨਹੀਂ ਕਰਦਾ ਅਕਾਲੀ ਦਲ ਵਿੱਚ ਸਭ ਤੋਂ ਜ਼ਿਆਦਾ ਜੇਲ੍ਹ ਕੱਟੀ ਉਹ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਕੀਤੀ ਇੰਡੀਪੈਂਡੈਂਟ ਇੰਡੀਆ ਦੇ ਵਿੱਚ ਮਾਸਟਰ ਤਾਰਾ ਸਿੰਘ ਵਗੈਰਾ ਨੇ ਵੀ ਕੱਟੀਆਂ ਪਰ ਇਹਨਾਂ ਨੇ ਕਿਉਂਕਿ ਜੋਧਪੁਰ ਨਾਲ 2.5 ਸਾਲ ਇਕੱਠੇ ਰਹਿਣਾ ਪੈ ਗਿਆ ਸੀ ਇਹਨਾਂ ਨੂੰ ਉਸ ਤੋਂ ਬਾਅਦ ਜੇ ਕਿਸੇ ਨੇ ਜੇਲ੍ਹ ਕੱਟੀ ਤਾਂ ਮੇਰੇ ਫਾਦਰ ਸਰਦਾਰ ਸੁਖਜਿੰਦਰ ਸਿੰਘ ਸੀਗੇ ਬਾਦਲ ਵਗੈਰਾ ਨੇ ਕੱਟੀਆਂ ਇਹ ਨਹੀਂ ਮੈਂ ਕਹਿੰਦਾ ਨਹੀਂ ਕੱਟੀਆਂ ਪਰ ਥੋੜ੍ਹੀਆਂ ਕੱਟੀਆਂ ਔਰ ਇਹ ਰਹਿੰਦੇ ਸੀ ਰੈਸਟ ਹਾਊਸਾਂ 'ਚ ਦੇਹਰਾਦੂਨ ਪੰਚਮੜੀ ਕਟੋਰੀ ਡਲਹੌਜ਼ੀ ਦੇ ਰਾਹ 'ਚ ਮੇਰੇ ਡੈਡ ਨੂੰ ਰੱਖਿਆ ਜਾਂਦਾ ਸੀ ਸੋਲੀਟਰੀ ਕਨਫਾਈਨਮੈਂਟ 'ਚ ਤਿਹਾੜ 'ਚ ਹਜ਼ਾਰੀਬਾਗ 'ਚ ਅੰਬਾਲਾ ਜੇਲ੍ਹ 'ਚ ਅਗਰਤਲਾ ਤ੍ਰਿਪੁਰਾ ਜੇਲ੍ਹ ਵਿੱਚ ਇਹ ਡਿਫਰੈਂਸ ਸੀਗਾ ਸੋ ਮਤਲਬ ਜਿੱਦਾਂ ਮੈਂ ਕਿਹਾ ਪੰਜਾਬੀਆਂ ਨੂੰ ਵੈਸੇ ਵੀ ਤੁਸੀਂ ਵੀ ਸਾਰੇ ਭਰਾ ਹੋ ਸਾਡੇ ਅਗਰ ਆਪਾਂ ਪਿਆਰ ਨਾਲ ਤਾਂ ਕਈ ਵਾਰੀ 100 ਵਾਰੀ ਗੱਲ ਮੰਨ ਜਾਂਦੇ ਹਾਂ ਪਰ ਜੇ ਤੁਹਾਨੂੰ ਕੋਈ ਧੌਂਸਣਾ ਗੋਡਾ ਰੱਖ ਕੇ ਧੌਣ ਦੇ ਉੱਤੇ ਕਹੇ ਕਿ ਤੈਨੂੰ ਹੁਣ ਐਂ ਬੰਦਾ ਬਣਾਉਣਾ ਇਹ ਪੰਜਾਬੀ ਨੇ ਆਹੀ ਸਾਰਾ ਅੰਦੋਲਨ ਦਾ ਨਤੀਜਾ ਕੀ ਇਹੀ ਹੈ ਮਤਲਬ ਗਵਰਨਮੈਂਟ ਆਫ ਇੰਡੀਆ ਧੌਂਸ ਦਿਖਾ ਰਹੀ ਆ ਉਹ ਕਹਿੰਦੇ ਨਹੀਂ ਤੇਰੀ ਧੌਂਸ ਮੰਨਦੇ ਅਸੀਂ ਤਾਂ ਜਾਵਾਂਗੇ ਦਿੱਲੀ ਇਹ ਤਾਂ ਹਲੇ ਬੈਠੇ ਨੇ ਚੁੱਪ ਕਰਕੇ ਜਿੱਦਣ ਇਹਦਾ ਦਿਲ ਕੀਤਾ ਜਾਣ ਉਹ ਚੱਲ ਜਾਣਾ ਇਹਨਾਂ ਨੇ ਜੇ ਇਹ ਕਹਿੰਦੇ ਪਿਆਰ ਦੇ ਨਾਲ ਫਿਰ ਮੰਨ ਜਾਂਦੇ ਚਲੋ ਫਿਰ ਕੰਸਿਡਰ ਕਰਦੇ ਫਿਰ 100 ਗੱਲਾਂ ਇਹਨਾਂ ਨੂੰ ਸੁਝਾਓ ਦਿੱਤੇ ਇਹਨੇ ਤਾਂ ਮੈਨੂੰ ਯੂਜ਼ ਹੀ ਨਹੀਂ ਕੀਤਾ ਮੈਂ ਇਹਨਾਂ ਨੂੰ ਜਿੱਦਾਂ ਖੇਤੀ ਦਾ ਤੁਸੀਂ ਕਿਹਾ ਸੀ ਡਾਈਵਰਸੀਫਿਕੇਸ਼ਨ ਮੇਰੇ ਕੋਲ ਬਹੁਤ ਬਿਊਟੀਫੁਲ ਆਈਡੀਆ ਵਾ ਜਿਹੜਾ ਮੈਂ ਇਹਨਾਂ ਨੂੰ ਕਹਿ ਸਕਦਾ ਉਸੇ 75,000 ਦੀ CCL ਲਿਮਿਟ ਵਿੱਚ ਮੈਂ ਇੱਥੇ ਸਾਰੀ ਡਾਈਵਰਸੀਫਿਕੇਸ਼ਨ ਝੋਨਾ ਬੰਦ ਕਰਾ ਸਕਦਾ ਸੀ ਫਿਰ ਮੈਂ ਇਹਨਾਂ ਨੂੰ ਇੰਨਾ ਅੱਛਾ ਸੁਝਾਓ ਦਿੱਤਾ ਕੁਲਤਾਰ ਦੇ ਦਫ਼ਤਰ ਜਾ ਕੇ ਮੈਂ ਅਤੇ ਬਾਜਵਾ ਸਾਹਿਬ ਨੇ 2023 ਦੀ ਜਨਵਰੀ 'ਚ ਪਿਛਲੇ ਬਜਟ ਇਜਲਾਸ ਨਾਲੋਂ ਪਹਿਲਾਂ ਇੱਕ ਬਿੱਲ ਦਿੱਤਾ ਵਾ ਕਿ ਜਿਹੜੇ ਗੈਰ ਪੰਜਾਬੀ ਆ ਰਹੇ ਨੇ ਪੰਜਾਬ ਦੇ ਵਿੱਚ ਉਹ ਕਿਰਪਾ ਕਰਕੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਨੂੰ ਥੋੜ੍ਹਾ ਆਪਾਂ ਕੰਟੇਨ ਕਰੀਏ ਇੱਕ ਲਾਅ ਬਣਾਈਏ ਜਿੱਦਾਂ ਹਿਮਾਚਲ ਨੇ ਬਣਾਇਆ ਜਿੱਦਾਂ ਰਾਜਸਥਾਨ ਨੇ ਜਿੱਦਾਂ ਗੁਜਰਾਤ ਨੇ ਅਤੇ ਹੁਣ ਉੱਤਰਾਖੰਡ ਨੇ ਕਿਉਂ ਕੋਈ ਵੀ ਆਣ ਕੇ ਬਾਹਰਲਾ ਆਦਮੀ ਝਟਪਟ ਜ਼ਮੀਨ ਦਾ ਮਾਲਕ ਨਾ ਬਣ ਜਾਵੇ ਹਾਂ ਆਹ ਸ਼ਰਤਾਂ ਪੂਰੀਆਂ ਕਰ ਦਿਓ ਆਓ ਇੰਡਸਟਰੀ ਵੀ ਲਾਓ ਲੇਕਿਨ ਜਦੋਂ ਤੁਸੀਂ ਇੱਦਾਂ ਅਲਾਓ ਕਰ ਰਹੇ ਹੋ ਇੱਡੀ ਮੈਸਿਵ ਪਾਪੂਲੇਸ਼ਨ ਸ਼ਿਫਟ ਹੋ ਰਹੀ ਪੰਜਾਬ ਦੀ ਟੂਵਰਡਸ ਅਦਰ ਕੰਟਰੀਜ਼
ਉਹਦੀ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਤਾਂ ਫਿਰ ਪੱਗ ਤੇ ਪੰਜਾਬੀ ਜਿਹੜੇ ਨੇ ਉਦਾਂ ਹੀ ਵੈਸੇ ਘੱਟ ਗਿਣਤੀ 'ਚ ਹੋ ਜਾਣ। ਇਟਸ ਕਾਲਡ ਡੈਮੋਗ੍ਰਾਫਿਕ ਚੇਂਜ, ਜਿਹੜਾ ਆਬਾਦੀ ਦਾ ਸੰਤੁਲਨ ਸਾਡਾ ਖਰਾਬ ਹੋ ਰਿਹਾ ਉਹਨੂੰ ਰੋਕਣਾ। ਹੁਣ ਇਹ ਕੀ ਬਹੁਤ ਵਧੀਆ ਸੁਝਾਉ ਸੀਗਾ, ਲੇਕਿਨ ਉਹਨੂੰ ਸਮਝ ਨਹੀਂ ਆ ਰਹੀ, ਜਾਂ ਉਹਨਾਂ ਨੂੰ ਪਿੱਛੋਂ ਕੇਜਰੀਵਾਲ ਅਤੇ ਰਾਘਵ ਚੱਡੇ ਹੁਣੀ ਰੋਕ ਰਹੇ ਨੇ ਕਿ ਇਹ ਕੰਮ ਨਹੀਂ ਹੋਣ ਦੇਣਾ, ਬਿਕੋਜ਼ ਪੋਸੀਬਲੀ ਦੇ ਮੇ ਬੀ ਵਾਂਟਿੰਗ ਮੋਰ ਨੋਨ ਪੰਜਾਬੀਜ਼ ਟੂ ਸੈਟਲ ਇਨ ਟੂ ਪੰਜਾਬ। ਖਹਿਰਾ ਸਾਹਿਬ, ਇੱਕ ਸਵਾਲ, ਮਹਿਤਾਬ ਨੂੰ ਉਤਾਰ ਰਹੇ ਹੋ 2027 ਦੇ ਵਿੱਚ ਚੋਣ ਮੈਦਾਨ ਦੇ ਵਿੱਚ? ਮਨਿੰਦਰ, ਮੈਂ ਨਾ ਕਦੀ ਪਲੈਨਿੰਗ ਜੀ ਤਾਂ ਕਦੀ ਕੀਤੀ ਨਹੀਂ, ਮੈਂ ਪੋਲੀਟਿਕਸ ਨੂੰ ਅਸੀਂ ਚੱਲਦੇ ਹਾਂ ਜਜ਼ਬਾਤ ਨਾਲ। ਅਸੀਂ ਮਹਿਤਾਬ ਨੂੰ ਪੁੱਛ ਰਹੇ ਹਾਂ, ਮੈਂ ਪਹਿਲਾਂ ਅਸੀਂ ਚੱਲਦੇ ਦਿਲ ਨਾਲ, ਇਮੋਸ਼ਨਸ ਨਾਲ, ਮਤਲਬ ਰਾਜਨੀਤੀ ਚੱਲਦੀ ਹੈ ਦਿਮਾਗ ਨਾਲ। ਤੁਸੀਂ ਦੇਖੋਗੇ ਮੇਰੇ ਤੋਂ ਬਹੁਤ ਪਿੱਛੋਂ ਲੋਕ ਆਏ, ਮੰਤਰੀ ਸੰਤਰੀ ਬਣ ਗਏ, ਪਰ ਉਹਨਾਂ ਨੂੰ ਪਛਾਣਦਾ ਕੋਈ ਨਹੀਂ ਗਾ। ਬਣ ਜਾਣਗੇ, ਪੈਸੇ ਵੀ ਕਮਾ ਲੈਣਗੇ, ਗੱਡੀਆਂ ਮੋਟਰਾਂ ਕਾਰ, ਪਰ ਪੰਜਾਬ ਦੇ ਵਿੱਚ ਚੰਦ ਜੇ ਬੰਦਿਆਂ ਦੀ ਰਿਸਪੈਕਟ ਲੋਕ ਕਰਦੇ ਆ, ਮੈਂ ਫਿਰ ਉਸ ਵਾਹਿਗੁਰੂ ਦਾ ਧੰਨਵਾਦ ਕਰਦਾ ਉਹਦੀ ਬਦੌਲਤ। ਸੋ ਮਹਿਤਾਬ ਨੇ ਮੇਰੀ ਜਿਹੜੀ ਗੈਰ ਹਾਜ਼ਰੀ ਵਿੱਚ, ਜਦ ਵੀ ਮੈਂ ਨੋਰਮਲ ਕੋਰਸ, ਹੀ ਇਜ਼ ਨੋਟ ਇਨ ਦਾ ਫੋਰ ਫਰੰਟ, ਜਦ ਮੈਂ ਗੈਰ ਹਾਜ਼ਰ ਹਾਂ, ਪਟਿਆਲੇ ਜੇਲ੍ਹ ED ਨੇ ਮੈਨੂੰ ਫੜ ਕੇ ਦੇ ਦਿੱਤਾ ਅੰਦਰ, ਮਹਿਤਾਬ ਐਕਟਿਵ ਹੋ ਗਿਆ, ਮੈਨੂੰ ਐਤਕੀ ਫੜ ਕੇ ਅੰਦਰ ਦੇ ਦਿੱਤਾ ਉੱਥੇ ਨਾਭਾ ਜੇਲ੍ਹ ਵਿੱਚ, ਮਹਿਤਾਬ ਐਕਟਿਵ ਹੋ ਗਿਆ, ਪਲੱਸ ਬੀਇੰਗ ਐਨ ਐਡਵੋਕੇਟ, ਇਹਨੂੰ ਥੋੜ੍ਹਾ ਲੋਅ ਬਾਰੇ ਵੀ ਸਮਝ ਹੈਗੀ ਆ, ਤਾਂ ਇਹਦੀ ਕਾਫੀ ਦੁਨੀਆਂ ਵਿੱਚ ਗੁੱਡਵਿਲ ਫੈਲੀ ਕਿ ਹਾਂ ਯਾਰ, ਇੱਕ ਪੁੱਤ ਨੇ ਆਪਣੇ ਪਿਓ ਨੂੰ ਡਿਫੈਂਡ ਕੀਤਾ ਵਾ, ਔਰ ਏਬਲੀ ਡਿਫੈਂਡ ਕੀਤਾ ਵਾ, ਤਾਂ ਇਹਦੀ ਇੱਕ ਅੱਛੀ ਗੁੱਡਵਿਲ ਜੀ ਪੈ ਰਹੇ। ਮੇਰੀ ਗੈਰ ਹਾਜ਼ਰੀ 'ਚ ਜਿੱਥੇ ਮੈਂ ਕਈ ਨਹੀਂ ਜਾ ਸਕਦਾ, ਅਤੇ ਕਈ ਵਾਰੀ ਭਲੱਥ ਵਿੱਚ ਵੀ, ਜਿੱਦਾਂ ਮੈਂ ਪਟਿਆਲੇ ED 'ਚੋਂ ਛੁੱਟਿਆ ਹੀ 22-25 ਦਿਨ ਪਹਿਲਾਂ ਸੀ ਚੋਣਾਂ ਤੋਂ, 2022 ਦੀ ਚੋਣ ਤੋਂ, ਅਤੇ ਮੇਰੇ ਜਾਣ ਤੋਂ ਪਹਿਲਾਂ ਇਹਨੇ ਇਹ ਪੂਰਾ ਕੋਨਸਟੀਟਿਊਸੀ ਸੈੱਟ ਕੀਤੀ ਹੋਈ ਸੀਗੀ, ਸਾਰਾ ਰਾਊਂਡ ਇੱਕ ਵਾਰੀ ਕੱਢਿਆ ਹੋਇਆ ਸੀਗਾ, ਸੋ ਦੈਟ ਅਬਿਲਿਟੀ ਇਜ਼ ਦੇਅਰ। ਹੁਣ ਕਦੋਂ ਉਤਾਰਨਾ, ਕਦੋਂ ਉਤਰਨਾ, ਉਹ ਕੁਦਰਤ ਦੇ ਵੀ ਹੱਥ ਆ। ਅਫਕੋਰਸ ਸਾਡਾ ਹੁਣ ਜੇ ਅਸੀਂ ਇੰਨੇ ਫਸੇ ਹੋਏ ਹਾਂ ਰਾਜਨੀਤੀ ਵਿੱਚ, ਮਤਲਬ ਕਿ ਸਫ਼ਰ ਵੀ ਕਰ ਰਹੇ ਹਾਂ, ਅਤੇ ਆਈ ਵੁੱਡ ਆਲਸੋ ਵਾਂਟ ਕਿ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਮਹਿਤਾਬ ਨੂੰ ਓਪਰਚੁਨਿਟੀ। ਤੁਸੀਂ ਕੀ ਸੋਚਦੇ ਹੋ ਬਾਈ ਮਹਿਤਾਬ? ਮੈਂ ਟੂ ਬੀ ਓਨੈਸਟ ਕਰੀ ਇਹਦੇ ਬਾਰੇ ਸੋਚਿਆ ਨਹੀਂ ਸਰ, ਜੋ ਪਾਪਾ ਨੇ ਦੱਸਿਆ ਹੁਣ, ਜਦ ਇਹਨਾਂ ਦੇ ਦੋ ਜੋ ਟ੍ਰਿਪਸ ਲੱਗੇ ਜੇਲ੍ਹ ਨੂੰ, ਉਹਦੇ ਵਿੱਚ ਮੈਨੂੰ ਅੱਗੇ ਆਉਣਾ ਪਿਆ ਇਹਨਾਂ ਨੇ ਜਿੱਦਾਂ ਦੱਸਿਆ। ਟੂ ਬੀ ਓਨੈਸਟ, ਮੈਂ ਕਦੀ ਪੋਲੀਟਿਕਸ ਬਾਰੇ ਸੋਚਿਆ ਨਹੀਂ, ਜਿੱਦਾਂ ਟਾਈਮ ਬਣਦਾ ਰਿਹਾ ਜਾਂ ਮਾਹੌਲ ਬਣਦਾ ਰਿਹਾ, ਮੈਂ ਉਹਦੇ ਅਕੋਰਡਿੰਗ ਹੀ ਚੱਲਦਾ ਰਿਹਾ, ਮੇਰੀ ਪ੍ਰੈਕਟਿਸ ਵਧੀਆ ਚੱਲ ਰਹੀ ਹੈ, ਕੋਈ ਕੋਨਫਲਿਕਟ ਨਹੀਂ ਉਹਦੇ ਵਿੱਚ। ਸੋ ਜਿੱਥੇ ਮੈਨੂੰ, ਹਾਂਜੀ, ਜਿਸ ਦਿਨ ਮੇਰੀ ਲੋੜ ਪਊਗੀ ਮੈਂ ਉਤਰੋਂਗੇ। ਬਿਲਕੁਲ ਖੈਰ ਸਾਹਿਬ, ਆਖਰੀ ਸਵਾਲ, ਕਿਉਂਕਿ ਮੌਸਮ ਇਜਾਜ਼ਤ ਨਹੀਂ ਦਿੰਦਾ, ਸੋਸ਼ਲ ਮੀਡੀਆ 'ਤੇ ਇਸ ਸਰਕਾਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਅਟੈਕ ਜਿਹੜੇ ਹੋ ਰਹੇ ਨੇ ਉਹ ਜੱਗ ਜ਼ਾਹਰ ਨੇ, ਉਸ ਚੀਜ਼ ਨੂੰ ਕਿਵੇਂ ਦੇਖੋ? ਹਾਂ, ਮੈਂ ਅੱਛਾ, ਬੜਾ ਵਧੀਆ ਸਵਾਲ ਹੈ। ਦੇਖੋ, ਹੋ ਕੀ ਰਿਹਾ ਵਾ ਕਿ ਇੱਥੇ ਵੀ ਦੋਹਰੀ ਪੋਲਿਸੀ ਅਪਣਾਈ ਜਾ ਰਹੀ, ਜਿਹੜੇ ਤਾਂ ਪੰਜਾਬ ਦੇ ਅੰਦੋਲਨ ਨੂੰ ਭੰਡ ਰਹੇ ਨੇ ਜੀ, ਹੇਟ ਕੈਂਪੇਨਰਸ ਨੇ, ਟਵਿੱਟਰ ਹੈਂਡਲਸ, ਇੰਸਟਾਗ੍ਰਾਮ ਅਕਾਊਂਟਸ, ਸੋਸ਼ਲ ਫੇਸਬੁੱਕ ਅਕਾਊਂਟਸ, ਉਹਨਾਂ ਨੂੰ ਤਾਂ ਉਭਾਰ ਦਿੱਤਾ ਜਾ ਰਿਹਾ ਵੀ ਤਗੜੇ ਹੋ ਜਾਓ, ਭੰਡੋ, ਇਹਨਾਂ ਨੂੰ ਖਾਲਿਸਤਾਨੀ ਕਹੋ, ਇਹਨਾਂ ਨੂੰ ਐਂਟੀ ਨੈਸ਼ਨਲ ਕਹੋ, ਆਤੰਕਵਾਦੀ, ਜੋ ਵੀ ਐਡਜੈਕਟਿਵਸ ਹੈਗੇ ਨੇ, ਜਿਹੜੇ ਵਿਚਾਰੇ ਇਹਨਾਂ ਦੇ ਸਪੋਰਟਰਸ ਨੇ, ਚਾਹੇ ਉਹ ਅੱਛਾ ਮੀਡੀਆ ਤੁਹਾਡੇ ਵਰਗਾ, ਜਦੋਂ ਤੁਸੀਂ ਦੋਨੋਂ ਬੈਠੇ ਹੋ, ਜਸ ਗਰੇਵਾਲ ਜੀ ਔਰ ਮਨਿੰਦਰ ਸਿੰਘ ਅਤੇ ਹੋਰ ਔਰਗੈਨਿਕ ਮੀਡੀਆ ਪੰਜਾਬ ਦਾ, ਉਹਨਾਂ ਦੇ ਅਕਾਊਂਟ ਨਿਤ ਦਿਨ ਬੰਦ ਕੀਤੇ ਜਾਂਦੇ ਨੇ, ਕਦੀ ਬਲੌਕ ਕਰ ਦਿੰਦੇ ਨੇ, ਕਦੀ ਉਡਾ ਹੀ ਦਿੰਦੇ ਨੇ, ਕਦੀ ਉਹਨਾਂ ਨੂੰ, ਔਰ ਜਿਹੜਾ ਪ੍ਰੋ ਫਾਰਮਰਸ ਪੋਲੀਟੀਕਲ ਵੀ ਲੋਕ ਹੈਗੇ ਨੇ ਜਾਂ ਐਕਟੀਵਿਸਟ ਨੇ, ਜਿੱਦਾਂ ਮਨਿਕ ਗੋਇਲ ਆ, ਉਹਦਾ ਵੀ ਟਵਿੱਟਰ ਅਕਾਊਂਟ ਰੋਕ ਦਿੱਤਾ, ਪੋਲੀਟੀਕਲ ਤਾਂ ਥੋੜ੍ਹਾ ਜਿਹਾ ਚਾਲੂ। ਤੁਸੀਂ ਦੇਖੋ ਨਾ, ਐਲਨ ਮਸਕ ਨੇ ਕਹਿਤਾ, ਜਿਹੜਾ ਟਵਿੱਟਰ ਦਾ ਮਾਲਕ ਆ, ਹੁਣ ਉਹਨੂੰ ਐਕਸ ਕਹਿੰਦੇ ਨੇ, ਉਹਨੇ ਕਹਿਤਾ ਕਿ ਭਾਰਤ ਦੀ ਸਰਕਾਰ ਸਾਡੇ ਤੋਂ ਉੱਤੇ ਬਹੁਤ ਦਬਾਅ ਪਾ ਰਹੀ ਆ ਟਵਿੱਟਰ ਦੇ ਅਕਾਊਂਟਸ ਬੰਦ ਕਰਾਉਣ ਲਈ, ਇਹਦਾ ਮਤਲਬ ਫਰੀਡਮ ਆਫ ਸਪੀਚ ਕਿੱਥੇ ਆ ਇੰਡੀਆ ਦੇ ਵਿੱਚ? ਇਹ ਬੜਾ ਵੱਡਾ ਕਮੈਂਟ ਹੈ ਉਹਦਾ। ਬਿਲਕੁਲ, ਔਰ ਹੁਣ ਤੁਸੀਂ ਆਹ ਹਰਿਆਣਾ ਪੁਲਿਸ, ਉਹ ਆਪਣੇ ਲੈਵਲ ਦੇ ਉੱਤੇ ਹਰਿਆਣੇ ਦੇ ਵਿੱਚ ਤੁਹਾਡੇ ਪਾਸਪੋਰਟ ਰੱਦ ਕਰ ਦਿਆਂਗੇ, ਤੁਹਾਡੇ ਵੀਜ਼ੇ ਰੱਦ ਕਰਾ ਦਿਆਂਗੇ। ਹੁਣ ਭਗਵੰਤ ਮਾਨ ਹੋਰ ਕੁਛ ਨਹੀਂ ਤਾਂ ਇੰਨਾ ਤਾਂ ਕਰੇ ਨਾ, ਕਿ ਸਾਡੇ
ਔਰਗੈਨਿਕ ਮੀਡੀਆ ਨੂੰ, ਸਾਡੇ ਐਕਟਿਵਿਸਟ ਨੂੰ, ਸਾਡੇ ਲੋਕਾਂ ਜਿਹੜੇ ਫਾਰਮਰਸ ਦੇ ਹਿਤੈਸ਼ੀ ਨੇ ਉਹਨਾਂ ਦੇ ਟਵਿੱਟਰ ਹੈਂਡਲਸ ਅਤੇ ਸੋਸ਼ਲ ਮੀਡੀਆ ਅਕਾਊਂਟਸ ਤਾਂ ਸਰਕਾਰ ਲਿਖੇ ਕੇ ਚੱਲਦੇ ਰਹਿਣੇ ਚਾਹੀਦੇ ਆ, ਅਤੇ ਜਿਹੜੇ ਹੇਟ ਕੈਂਪੇਨਰਸ ਆ ਉਹਨਾਂ ਦੇ ਖਿਲਾਫ਼ ਲਿਖੇ ਬਕਾਇਦਾ ਤੌਰ 'ਤੇ ਕਿ ਇਹ ਨਫ਼ਰਤ ਦੀ ਰਾਜਨੀਤੀ, ਨਫ਼ਰਤ ਪੈਦਾ ਧਰਮ ਅਤੇ ਜ਼ਾਤ ਪਾਤ ਦੀ ਕਰ ਰਹੇ ਨੇ, ਇਹਨਾਂ ਨੂੰ ਬੰਦ ਕੀਤਾ ਜਾਵੇ ਇਹ ਵੀ ਨਹੀਂ ਕੀਤਾ ਉਹਨਾਂ ਨੇ। ਸੋ ਦੈਟਸ ਵਾਟ ਐਗਜੈਕਟਲੀ ਆਈ ਵਾਂਟ ਟੂ ਸੇ, ਇਹ ਬੜਾ ਇੰਪੋਰਟੈਂਟ ਪੁਆਇੰਟ ਆ। ਜੀ ਬਿਲਕੁਲ, ਸਰਕਾਰ ਕਹਿੰਦੀ ਅਸੀਂ ਬਹੁਤ ਕੁਛ ਕਰ ਰਹੇ, ਇਕੱਲੀ ਲਿਪ ਸਰਵਿਸ ਹੋ ਰਹੀ ਹੈ, ਐਕਸ਼ਨ ਕੋਈ ਨਹੀਂ ਹੋ ਰਿਹਾ। ਐਫ ਆਈ ਆਰ ਵੀ ਬਹੁਤ ਲੇਟ ਆ, 250 ਦੇ ਐਫ ਆਈ ਆਰ ਹੋਈ ਨਹੀਂ, ਇੰਜਰਡ ਫਾਰਮਰ ਅਤੇ ਟਰੈਕਟਰ ਭੰਨਤੇ ਨਹੀਂ ਹੋਈ, ਹੇਟ ਕੈਂਪੇਨਰਸ ਦੇ ਉੱਤੇ ਕੋਈ ਐਕਸ਼ਨ ਨੀਗਾ। ਜੇ ਕੁਛ ਨਹੀਂ ਕਰ ਸਕਦੇ ਘੱਟੋ ਘੱਟ ਆ, ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਰੋਜ਼ ਸਾਨੂੰ ਲੇਬਲ ਕੀਤਾ ਜਾ ਰਿਹਾ, ਹਾਲਾਂਕਿ ਪੰਜਾਬ ਦੇ ਲੋਕਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਆਜ਼ਾਦੀ 'ਚ, ਸਭ ਤੋਂ ਜ਼ਿਆਦਾ ਅਨਾਜ ਭੰਡਾਰ 'ਚ, ਸਭ ਤੋਂ ਜ਼ਿਆਦਾ ਡਿਫੈਂਸ ਫੋਰਸਿਸ, ਆਹ ਜਿਹੜੇ ਅੱਜ ਬੈਠੇ ਨੇ ਸ਼ੰਭੂ ਅਤੇ ਖਨੌਰੀ ਦੇ ਉੱਤੇ, ਇਹਨਾਂ ਦੇ ਬੱਚੇ ਹੀ ਲਾਸ਼ਾਂ ਆਉਂਦੀਆਂ ਨੇ। ਜੀ ਤੁਸੀਂ ਦੱਸੋ ਮੈਨੂੰ ਕਿਹੜੇ ਬੀਜੇਪੀ ਲੀਡਰ ਦਾ ਕਦੀ ਪੁੱਤ ਮਰਿਆ ਵਾ ਇੰਟਰਨੈਸ਼ਨਲ ਬਾਰਡਰ ਚਾਈਨਾ ਅਤੇ ਪਾਕਿਸਤਾਨ ਨਾਲ ਡਿਫੈਂਡ ਕਰਦੇ, ਆਪਣੇ ਬੱਚੇ ਮਰਦੇ ਨੇ, ਰਾਜਸਥਾਨ ਦੇ ਕਿਸਾਨਾਂ ਦੇ, ਹਰਿਆਣੇ ਦੇ, ਅਤੇ ਤੁਸੀਂ ਕੁਛ ਨਹੀਂ ਕਰ ਸਕਦੇ ਘੱਟੋ ਘੱਟ। ਸਾਡੀ ਇੰਨੀ ਤਾਂ ਪੰਜਾਬ ਸਰਕਾਰ ਸਾਨੂੰ ਜਿਹੜੇ ਪ੍ਰੋ ਐਜੂਟੇਸ਼ਨ ਉਹਨਾਂ ਨੂੰ ਡਿਫੈਂਡ ਤਾਂ ਕਰੇ ਨਾ, ਪਰ ਉਲਟਾ ਇਹ ਤਾਂ ਆਪ ਹੀ ਕਰਨ ਲੱਗ ਗਏ ਸਾਡੇ ਬੰਦ ਚੈਨਲ, ਬਹੁਤ ਸਾਰੇ ਚੈਨਲ ਕੇਜਰੀਵਾਲ ਦੇ ਕਹਿਣ ਦੇ ਉੱਤੇ ਇਹਨਾਂ ਨੇ ਪੰਜਾਬ ਦੇ ਜਿਹੜੇ ਪੱਖੀ ਨੇ ਉਹ ਬੰਦ ਕਰਾਤੇ। ਲਾਸਟ ਕਮੈਂਟ ਮੇਰਾ, ਇੱਕ ਗੱਲ ਮੈਨੂੰ ਸਮਝ ਨਹੀਂ ਆ ਰਹੀ, ਕੇਜਰੀਵਾਲ ਅਤੇ ਭਗਵੰਤ ਮਾਨ ਦਿੱਲੀ ਧਰਨੇ ਲਾਉਂਦੇ ਨੇ ਜਦੋਂ ਸਿਸੋਡੀਆ 'ਤੇ ਫੜੇ ਜਾਂਦੇ ਨੇ ਸਤਿੰਦਰ ਜੈਨ, ਉੱਥੇ ਅਕਸਰ ਮੈਂ ਸੁਣਿਆ ਕੇਜਰੀਵਾਲ ਨੂੰ ਕਿ ਸਾਡੀ ਜੀ ਈਡੀ ਔਰ ਸੀਬੀਆਈ ਕੋ ਦੁਰਉਪਯੋਗ ਕੀਆ ਜਾ ਰਿਹਾ ਹੈ, ਬੀਜੇਪੀ ਨੇ ਗੋਦੀ ਮੀਡੀਆ ਬਣਾ ਦਿਆ ਹੈ। ਇਹ ਦੋਨੋਂ ਗੱਲਾਂ ਪੰਜਾਬ 'ਚ ਵੀ ਲਾਗੂ ਨੇ, ਇੱਥੇ ਵੀ ਪੁਲਿਸ ਅਤੇ ਵਿਜੀਲੈਂਸ ਚੁਣ ਚੁਣ ਕੇ ਆਪਣੇ ਪੋਲੀਟੀਕਲ ਓਪੋਨੈਂਟਸ, ਮੇਰੇ 'ਤੇ ਹਮਲਾ ਜਿਹੜਾ ਕੀਤਾ ਨਾ ਉਹ ਇੱਦਾਂ ਬਲੇਟੈਂਟਲੀ ਰੋਂਗ ਫਾਲਸ ਕੇਸ ਹੈਗਾ। ਜਿਹੜਾ ਭਗਵੰਤ ਮਾਨ 2017 ਵਿੱਚ ਜਦੋਂ ਮੈਂ ਲੀਡਰ ਆਫ ਓਪੋਜੀਸ਼ਨ ਸੀਗਾ, ਇਸੇ ਕੇਸ ਵਿੱਚ ਉਹਨੂੰ ਭਗਵੰਤ ਨੇ ਡਿਫੈਂਡ ਕੀਤਾ ਵਾ, ਉਸੇ ਕੇਸ ਮੈਨੂੰ ਚੱਕ ਕੇ ਠੋਕ ਦਿੱਤਾ, ਬੇਲ ਹੋਣ ਲੱਗੀ ਇੱਕ ਹੋਰ ਠੋਕ ਦਿੱਤਾ, ਅਤੇ ਕੀ ਇਹ ਆਪਣੇ ਵਿਰੋਧੀਆਂ ਦੇ ਖਿਲਾਫ਼ ਪੰਜਾਬ ਦੀ ਪੁਲਿਸ ਅਤੇ ਵਿਜੀਲੈਂਸ ਨੂੰ ਨਹੀਂ ਇਸਤੇਮਾਲ ਕਰ ਰਿਹਾ? ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਮੀਡੀਆ ਕੰਟਰੋਲ ਨਹੀਂ ਕੀਤਾ? ਬਹੁਤ ਸਾਰਾ ਮੇਨ ਸਟ੍ਰੀਮ ਮੀਡੀਆ ਖੈਰੇ ਨੂੰ ਦਿਖਾਉਂਦਾ ਹੀ ਨਹੀਂ ਗਾ, ਖੈਰਾ ਤਾਂ ਤੁਹਾਡੇ ਦੇ ਸਰਵਾਈਵ ਕਰ ਰਿਹਾ, ਜਾਂ ਆਪਣੇ ਸਾਡੇ ਨਾਲ ਜਿਹੜੇ ਫੋਲੋਅਰਸ ਜੁੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਔਰਗੈਨਿਕ, ਉਹਦੇ ਨਾਲ ਸਰਵਾਈਵ ਕਰ ਰਿਹਾ? ਕੀ ਇਹ ਪਾਲਿਸੀ ਨਹੀਂ ਕਰ ਰਹੇ? ਦੋਨੋਂ ਗੱਲਾਂ ਬੀਜੇਪੀ ਦੀਆਂ ਰੈਪਲੀਕੇਟ ਪੰਜਾਬ 'ਚ ਹੋ ਰਹੀਆਂ ਵਾ, ਪੁਲਿਸ ਦਾ ਅਤੇ ਵਿਜੀਲੈਂਸ ਦਾ ਦੁਰਉਪਯੋਗ ਲਾਈਕ ਬੀਜੇਪੀ, ਔਰ ਮੀਡੀਆ ਨੂੰ ਗੈਗ ਕਰਨ ਦੀ ਪਾਲਿਸੀ। ਅਗਰ ਉੱਥੇ ਗੋਦੀ ਮੀਡੀਆ ਤਾਂ ਮੈਂ ਇੱਥੇ ਇਹ ਕਹਿ ਸਕਦਾ ਇੱਥੇ ਕੇਜੀ ਮੀਡੀਆ ਪੰਜਾਬ ਦੇ ਵਿੱਚ ਵੀ ਹੈ। ਜੀ ਖਹਿਰਾ ਸਾਹਿਬ, ਮਹਿਤਾਬ ਬਾਈ, ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਸੁਖਪਾਲ ਸਿੰਘ ਖਹਿਰਾ ਅਤੇ ਮਹਿਤਾਬ ਸਿੰਘ ਖਹਿਰਾ ਹੋਰੀ ਸਾਡੇ ਨਾਲ ਸੀ, ਪੰਜਾਬ ਦੇ ਵੱਖੋ ਵੱਖ ਮਸਲਿਆਂ ਦੇ ਉੱਪਰ ਗੱਲਬਾਤ ਹੋਈ ਆ। ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ। ਜੁੜੇ ਰਹੋ RMB ਟੈਲੀਵਿਜ਼ਨ ਅਤੇ ਲੋਕ ਆਵਾਜ਼ TV ਦੇ ਨਾਲ। ਹੁਣ ਦਿਓ ਇਜਾਜ਼ਤ, ਧੰਨਵਾਦ ਜੀ।